ਸਤਿਕਰਤਾਰ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਇੱਕ ਅੱਖਰ ਹਰ ਮਨ ਵਾਸਤੇ ਇੱਕ ਅੱਖਰ ਹਰ ਮਨ ਵਾਸਤੇ ਨਾਨਕ ਹੋਤ ਨਿਹਾਲ ਹਮ ਮੈਲੇ ਉਜਲ ਕਰ ਦੇਵੋ ਕਰ ਦੇਵ ਹਾਂ ਮੈਲੇ ਤੂੰ ਉਜਲ ਕਰਤੇ ਗਮ ਨਿਰਗੁਣ ਤੂੰ ਹਾਂ ਮੂਰਖ ਤੂੰ ਚਾਦਰ ਸਿਆਣੇ ਸਰਵ ਕਲਾ ਕਾ ਗਿਆਸਾ ਮਾਧਵ ਐਸੇ ਤੂੰ ਐਸਾ ਹਮ ਪਾਪੀ ਪਾਪ ਖੰਡਨ ਨੀਤੋ ਠਾਕਰ ਦੇਸਾ ਤੂੰ ਸਭ ਸਾਜੇ ਸਾਜਨ ਵਸ ਜੀਉ ਪਿੰਡ ਦੇ ਪ੍ਰਾਣ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੂੰ ਦਾਨ ਦਿਓ ਮਿਹਰਬਾਨਾ ਉਜਲ ਕਰ ਦੇਵ ਹਮਲੇ ਗਮ ਮਲੇ ਉਜਲ ਕਰ ਦੇਵ ਸਭ ਸਾਜੇ ਸਾਜਨ ਵਾਜੇ ਜੀਉ ਪਿੰਡ ਦੇ ਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨ ਤੁਮ ਕਰੋ ਭਲਾ ਗਮ ਪਲੋ ਤੁਮ ਸ਼ਰਣਾਈ ਪੁਰਖ ਵਿਦਾਤੇ ਤੁਮ
ਮੈਂ ਮੂਰਖ ਨਾ ਜਾਣਾ ਸਤਿਗੁਰ ਭਲਾ ਕਰੇ, ਮੈਂ ਮੂਰਖ ਕੀ ਜਾਣਾ ਸਤਿਗੁਰ ਭਲਾ ਕਰੇ, ਜਾਣਾ ਸਤਿਗੁਰ ਭਲਾ। ਮੈਂ ਮੂਰਖ ਕੀ ਜਾਣਾ ਸਤਿਗੁਰ ਭਲਾ ਕਰੇ, ਮੈਂ ਮੂਰਖ ਨਾ ਜਾਣਾ ਸਤਿਗੁਰ ਭਲਾ ਕਰੇ, ਮੈਂ ਮੂਰਖ ਜਾਣਾ ਸਤਿਗੁਰ ਭਲਾ। ਤੁਮ ਕਰੋ ਭਲਾ ਰਾਮ ਭਲੋ ਨ ਜਾਨ, ਤੁਮ ਸਦਾ ਸਦਾ ਦਇਆ, ਤੁਮ ਸ਼ਰਣਾਈ ਪੁਰਖ ਵਿਦਾਤੀ, ਤੁਮ ਰਾਖੋ ਆਪਣੇ ਵਾਲਾ, ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲੈ, ਰੱਖ ਸੰਤਨ ਕੈ ਪਾਛੈ ਉਜਲ ਕਰ ਦੇ, ਰੱਖ ਸੰਤਨ ਕੈ ਪਾਛੈ ਉਜਲ ਕਰ ਦੇ, ਤੂੰ ਉਜਲ ਕਰਤੇ। ਸੱਚਾ ਪਰਮ ਦੇਵ ਦੀਦਾਰ, ਜਿਸ ਦੀਦਾਰ ਵਿੱਚ ਨਿਰਮਲਤਾਈ ਮਿਲਦੀ ਹੈ, ਸਾਡੇ ਪਾਪ ਮਲ ਜਨਮਾਂ ਜਨਮਾਂ ਦੇ ਕੀਤੇ ਔਰ ਵਿਖੇਪ ਮਨ ਦੀਆਂ ਚੰਚਲਤਾਈਆਂ ਨੇ ਅਪਾਵਰਣ ਆਪਣੇ ਸ਼ੁੱਧ ਸਰੂਪ ਨੂੰ ਭੁੱਲ ਜਾਂਦੇ, ਮੈਂ ਕੌਣ ਹਾਂ ਇਹ 'ਤੇ ਪਰਦਾ ਪੈ ਜਾਂਦਾ, ਕੋਈ ਕੰਧ ਜਿਸ ਨੂੰ ਜਪਜੀਤ ਸਾਹਿਬ ਵਿੱਚ ਵੀ ਹਜ਼ੂਰ ਨੇ ਸਿੱਧਾਂ ਦੁਆਰਾ ਕਹਿ ਕੇ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ, ਪਾਲ ਕੰਧ ਟੁੱਟੈ ਕਿਵੇਂ ਟੁੱਟ ਜਾਵੇ, ਜਿਹੜੀ ਕੂੜ ਦੀ ਅਗਿਆਨ ਦੀ ਭੁੱਲ ਦੀ ਆਪਣੇ ਆਪ ਨੂੰ ਭੁੱਲ ਬੈਠੇ, ਇਹ ਪ੍ਰਭੂ ਤੈਥੋਂ ਵੀ ਦੂਰ ਹੋ ਗਏ, ਗੁਰੂ ਦੀ ਵੀ ਕੋਈ ਪਰਵਾਹ ਨਹੀਂ ਕਰਦੇ, ਐਸੀ ਭੁੱਲ ਪਈ ਸਤਿਗੁਰ ਐਸੀ ਭੁੱਲ 'ਤੇ। ਸ਼ਿਸ਼ਟ ਅਤੇ ਗੁਰੂ ਦਾ ਵਿਚਾਰ ਇੱਦਾਂ ਹੀ ਚੱਲਦਾ ਹੈ ਵੇਦਾਂਤ ਵਿੱਚ, ਮੈਂ ਜਾਣਿਓ ਜਗ ਸਤ, ਮੈਂ ਸੰਸਾਰ ਨੂੰ ਔਰ ਆਪਣੇ ਆਪ ਨੂੰ ਸੱਚ ਮੰਨੀ ਬੈਠਾ, ਬੈਠ ਮਨ ਬੈਠਿਆ ਕੈਸੇ, ਬਸ ਇਹ ਮੇਰੀ ਕਿਵ ਸਚਿਆਰਾ ਹੋਈ ਹੈ,
ਐਸੇ ਸਿੱਧਾਂ ਨੇ ਵੀ ਕਿਹਾ ਸੱਚੇ ਬਣ ਸਕਦੇ ਹਾਂ। ਜੇ ਬ੍ਰਹਮ ਸੱਤ ਹੈ, ਆਦਿ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਵੀ ਸੱਚ, ਅਸੀਂ ਵੀ ਸੱਚੇ ਹੋ ਸਕਦੇ ਹਾਂ। ਕਿਵੇਂ ਸਚਿਆਰਾ ਹੋਈਏ, ਸੱਚੇ ਕਿਵੇਂ ਬਣੀਏ? ਤਾਂ ਸਾਡੇ 'ਤੇ ਜਿਹੜੀ ਹੈ ਪ੍ਰਭੂ, ਐਸੇ ਪੰਜ ਦੋਖ ਅਸਾਧ ਜਾਵੇਂ, ਸ਼ਬਦ ਰੂਪ ਸਪਰਸ ਰਸ ਗੰਧ ਐਸੇ ਪੈ ਜਾਂਦੇ ਨੇ, ਔਰ ਇਹ ਗੁਰਮਤਿ ਵਿੱਚ ਪੰਜ ਦੋਸ਼ ਨੇ, ਔਰ ਇਸ ਦੇ ਨਾਲ ਪੰਜ ਦੋਸ਼ਾਂ ਦਾ ਔਰ ਵੀ ਵੈਰੀਆਂ ਦਾ ਵੀ ਕਾਰਨ ਬਣ ਜਾਂਦਾ ਹੈ। ਭਾਵ ਗਿਆਨ ਹੀ ਹੈ ਫੁੱਲ, ਜਨਮਾਂ ਜਨਮਾਂ ਦੀ ਕੋਈ ਐਸੀ ਸਾਡੇ ਕਰਮ ਗਤੀ ਆ ਕੇ ਸਾਹਮਣੇ ਆ ਜਾਂਦੀ ਹੈ, ਸਾਨੂੰ ਸੱਚ ਤੋਂ ਦੂਰ ਕਰਕੇ ਭੁਲਾ ਕੇ ਮੈਂ ਹੋ, ਮੈਂ ਹੀ ਹੋ। ਹਰਨਾਕਸ਼ ਨੇ ਵੀ ਇਹੀ ਕਿਹਾ ਸੀ, ਜਲੇ ਹਰਨਾਕਸ਼, ਥਲੇ ਹਰਨਾਕਸ਼, ਬਣੇ ਹਰਨਾਕਸ਼, ਤਿਣੇ ਹਰਨਾਕਸ਼, ਜਿਵੇਂ ਆਦਿ ਸਾ ਜਗਤ, ਆਦਿ ਵੀ ਜੁਗਾਦ ਵੀ ਹਰਨਾਕਸ਼। ਇਹ ਪਹਿਲਾਂ ਤੂੰ ਕੀ ਕਹਿੰਦੇ, ਤੂੰ ਰਾਮ ਸੱਤ ਕਹਿੰਦੇ ਨਹੀਂ ਕਿਹਾ। ਇਸੇ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਨੂੰ ਇਹੀ ਹਉ ਹੰਗਤਾ ਮੈਂ ਹੂੰ, ਪਰ ਗੁਰੂ ਸਾਹਿਬ ਜੀ ਨੇ ਵੈਦ ਹਰਦਾਸ ਨੂੰ ਇਹੀ ਗੱਲ ਸਮਝਾਈ ਹੈ, ਕਿਹੜੀ? ਤੂੰ ਮੇਰੀ ਨਬਜ਼ ਦੇਖਦਾ ਹੈ, ਵੈਦ ਬੁਲਾਇਆ ਵੈਦਗੀ, ਪਗੜ ਟੰਡੋਲੇ ਵਾਹ ਭੋਲਾ, ਵੈਦ ਨਾ ਜਾਣੀ ਕਰਕ ਕਰੇ ਜੇ ਮਾਹ। ਨਬਜ਼ ਤਾਂ ਦੇਖਣ ਲੱਗਿਆ, ਤੈਨੂੰ ਇਹ ਪਤਾ ਹੈ ਜੀਵ ਨੂੰ, ਇਨਸਾਨ ਨੂੰ ਕਿਹੜਾ ਰੋਗ ਲੱਗਿਆ ਹੋਇਆ ਹੈ, ਔਰ ਜੀਵ ਮਾਨਸ ਜਨਮ ਵਾਸਤੇ ਐਂ ਪਰਮਾਤਮਾ ਨੇ ਇਕੱਲੇ ਇਕੱਲੇ ਦੋਖ ਜਿਵੇਂ ਦੋਸ਼ ਨੇ ਰੋਗ ਨੇ ਇਹ ਵੰਡ ਦਿੱਤੇ, ਇੱਕ ਹੀ ਵੰਡਦੀ ਹੈ। ਐਸੇ ਵੀ ਮੈਂ ਪ੍ਰਮਾਣ ਦੇਊਂ, ਇਕੱਲੇ ਇਕੱਲੇ ਨੂੰ ਵੰਡ ਦਿੱਤਾ, ਵਰਤਾ ਦਿੱਤਾ, ਪਰ ਐ ਵੈਦ ਤੈਨੂੰ ਇਹ ਨਹੀਂ ਅਜੇ ਪਤਾ ਲੱਗਿਆ, ਹੈ ਬੜਾ ਸਿਆਣਾ। ਬਈ ਲੱਗ ਨਾ ਕਿਸੇ ਨੂੰ ਬੈਠਾ ਜਾਵੇ, ਮੈਂ ਬਾਲਾ ਨੂੰ ਗੁਣਗੁਣਾ, ਇਹ ਤਾਂ ਲੱਗ ਨਾ ਕਿਸੇ ਨੂੰ ਬੈਠਾ ਜਾਵੇ, ਮੈਂ ਬਾਲਾ ਨੂੰ ਗੁਣਗੁਣਾ। ਮੈਂ ਬਾਲ ਰੋ ਗੁਰਾ ਯਾਰਾ
ਲੱਗਣਾ ਕਿਸੇ ਨੂੰ ਜਾਵੇ, ਆਈ ਲੱਗਣਾ ਕਿਸੇ ਨੂੰ ਜਾਵੇ, ਬਹਿੰਦਾ ਇਹਦੇ 'ਤੇ ਸੱਤਵਾਂ ਸਲੋਕ। ਸ਼ੇਖ ਸ਼ਰਫ ਨੂੰ ਵੀ ਔਰ ਵੈਦ ਹਰਦਾਸ ਨੂੰ ਵੀ ਗੁਰੂ ਨਾਨਕ ਸਾਹਿਬ ਇਹ ਸੱਤਵਾਂ ਪਾਤਸ਼ਾਹ ਦੀ ਵਾਰ ਦਾ ਸਲੋਕ ਜੋ ਹੈ ਹੋ ਵਿੱਚ ਆਇਆ। ਹੋ ਹੰਗਤਾ ਹੈ ਹੰਗ ਆਪਣੇ ਆਪਣੀ ਮੇਰੀ ਆਪਣੀ ਹੰਕਾਰ ਦੀ ਭਾਵਨਾ ਸੀ, ਮੈਂ ਮਮਤਾ ਮੇਰਾ ਹੀ ਹੈ ਜੋ ਕੁਛ ਮੈਂ ਕਰਦਾ, ਜੋ ਹੋਮੈ ਦਾ ਅਰਥ ਹੈ, ਹੋ ਦਾ ਅਰਥ ਹੈ ਮੈਂ ਭਾਵ ਆ ਗਿਆ, ਅਹੰਕਾਰ ਭਾਵ ਆ ਗਿਆ ਹੈ ਇੱਥੇ, ਸਭ ਤੋਂ ਆਪਣੇ ਆਪ ਨੂੰ ਵੱਡਾ ਗਿਣਨਾ। ਪਰ ਇਹ ਗੱਲ ਪਰਮੇਸ਼ਰ ਦੀ ਘਰ ਨਹੀਂ ਪਾਉਂਦੀ, ਗੁਰੂ ਸਾਹਿਬ ਨੂੰ ਨਹੀਂ ਪਾਉਂਦੀ, ਸੰਸਾਰ ਵਿੱਚ ਵੀ ਇਹ ਚੰਗੀ ਨਹੀਂ ਗੱਲ। ਕਿਉਂ? ਇਹ ਵਿਸ਼ਵ ਸੰਸਾਰ ਹਰ ਕਾ ਰੂਪ ਹੈ, ਹਰੀ ਦਾ ਹੀ ਰੂਪ ਹੈ। ਇਹ ਵੀ ਸੰਸਾਰ ਦੇ ਲੋਕ ਕਿੰਨਾ ਕੁ ਚਿਰ ਤੇਰੀ ਇਹ ਹੰਗਤਾ ਅਹੰਕਾਰ ਕਿਤਨਾ ਕੁ ਸ਼ਬਦ ਸੁਣੀ ਜਾਣਗੇ ਤੇਰੇ ਹੰਕਾਰ ਦੇ ਹੋਮੇ ਦੇ। ਆਖਿਰ ਕਈ ਲੋਕ ਦੁਖੀ, ਬੜੇ ਬੜੇ ਰਾਜੇ ਮਹਾਰਾਜੇ ਜ਼ਾਲਮ ਜ਼ਰਵਾਣੇ ਆਏ ਇਸ ਇਹੀ ਨਾਰਾ ਲਾਉਣ ਵਾਲੇ, ਉਹਨਾਂ ਤੋਂ ਤੰਗ ਆ ਕੇ ਲੋਕ ਉੱਥੋਂ ਉੱਜੜ ਕੇ ਹੋਰ ਥਾਂ ਵੱਸ ਜਾਂਦੇ ਨੇ। ਕਿਉਂ? ਵਿਸ਼ਵ ਸੰਸਾਰ ਦਾ ਜਿਹੜਾ ਵਿਸ਼ਵ ਸੰਸਾਰ ਆਲ ਵਰਲਡ ਜਿਹਨੂੰ ਕਿਹਾ, ਹਰੀ ਦਾ ਰੂਪ ਹੈ, ਇਹਦੇ ਵਿੱਚ ਜਿਹੜੇ ਰੱਬ ਦੇ ਪਿਆਰੇ ਨੇ ਇਹ ਗੱਲ ਚੰਗੀ ਨਹੀਂ ਮੰਨਦੇ। ਅੱਛੇ ਵਿਚਾਰਾਂ ਨਾਲ ਅੱਛੇ ਲੋਕ ਸਹਿਮਤ ਹੁੰਦੇ ਨੇ, ਸ਼ੁਭ ਵਿਚਾਰ ਜਿਹੜੇ ਕਿਸੇ ਦੇ ਕੰਮ ਵੀ ਆਉਂਦੇ ਨੇ ਠੀਕ ਹੈ, ਉਹਨਾਂ 'ਤੇ ਹਾਮੀ ਭਰਦੇ ਨੇ। ਪਰ ਹਜ਼ੂਰ ਨੇ ਕਿਹਾ ਇਹ ਸਭ ਤੋਂ ਬੜਾ ਰੋਗ ਹੈ। ਚਲੋ ਜੀ, ਇੱਕ ਰੋਗ ਲੱਗ ਜਾਂਦਾ ਅਸਾਧ ਰੋਗ, ਐਸੇ ਹੀ ਗਿਣ ਲੈਣਾ ਸਭ ਤੋਂ ਬੜਾ ਕੈਸੇ ਕਿਹਾ। ਇੱਕ ਰੋਗ ਅਸਾਧ ਹੋ ਜਾਂਦਾ, ਅਸਾਧ ਰੋਗ ਉਪਜਿਆ ਤਨ ਪੀਤਰ, ਤਨ ਦੇ ਅੰਦਰ ਸਰੀਰ 'ਚ ਐਸਾ ਰੋਗ ਲੱਗਿਆ, ਤਰਤ ਨਾ ਕਾਹੂੰ ਉਤਾਰਿਓ, ਬੜੇ ਯਤਨ ਕੀਤੇ ਗਏ ਉਹ ਟਲਿਆ ਨਾ। ਉਹਨੇ ਕੀ ਕੰਮ ਕੀਤਾ? ਇੱਕ ਦੇਹੀ ਦਾ ਗਾਲਾ ਕਰ ਦਿੱਤਾ ਸਿਰਫ। ਪਰ ਹੋਮੈ ਦਾ ਰੋਗ ਹੈ ਜਿਹੜਾ, ਇਹ ਪਤਾ ਇੱਕ ਦੇਹੀ ਦਾ ਗਾਲਾ ਨਹੀਂ ਕਰਦਾ, ਇਹ 84 ਜੋਨ ਵਿੱਚ ਚੱਕਰ ਕੱਟਣ ਲਾ ਦਿੰਦਾ ਹੈ। ਉਹ ਜੰਮਦਾ ਤੇ ਮਰਦਾ ਗਾ ਹੋਮੈ ਵਿੱਚ ਆ ਕੇ ਬੰਦਾ, ਜੰਮਦਾ ਤੇ ਮਰਦਾ ਗਾ ਹੋਮੈ ਦਾ ਫਟਿਆ ਹੋਇਆ,
ਜੰਮਦਾ ਤੇ ਮਰਦਾ ਫਿਰਦੇ ਸੋਮੇ ਦਾ ਪਟਿਆ ਹੋਇਆ, ਜੰਮਦਾ ਤੇ ਮਰਦਾ ਫਿਰਦੇ ਸੋਮੇ ਦਾ ਪਟਿਆ ਹੋਇਆ। ਪਟਿਆ ਪ੍ਰਾਣੀ ਸੋਮੇਂ ਦਾ ਪਟਿਆ ਸੋਇਆ, ਸੋਮੇਂ ਦਾ ਪਟਿਆ ਸੋਇਆ। ਜੰਮਦਾ ਤੇ ਮਰਦਾ ਫਿਰਦੇ ਸੋਮੇਂ ਦਾ ਪਟਿਆ ਬੰਦਾ, ਜਨਮ ਮਰਨ 84 ਗੇੜੇ 'ਚ ਐਡਾ ਬੜਾ ਰੋਗ ਪਾਈਏ ਲੱਗ ਨਾ ਜਾਵੇ। ਮੈਂ ਕਰਤਾ ਹੂੰ ਆਪਣੇ ਆਪ, ਜਦੋਂ ਇਹਦੇ 'ਤੇ ਮਾਇਆ ਪੈਂਦੀ ਹੈ, ਤਿੰਨ ਦੋਸ਼ ਵੇਦਾਂਤ ਦੇ ਨੇ, ਮਲ ਵਿਖੇ ਪਵਰਨ ਦੋਸ਼, ਫਿਰ ਉਦੋਂ ਹੀ ਆਪਣੇ ਆਪ ਨੂੰ ਕਰਤਾ ਮੰਨ ਬੈਠਦਾ ਹੈ, ਜੋ ਕਰਤਾ ਹੈ ਉਹਨੂੰ ਭੁੱਲ ਬੈਠਦਾ ਹੈ। ਇਹੀ ਕਾਰਨ ਹੈ ਰਾਕਸ਼ ਵਿੱਚ ਜਿੰਨਾ ਵੀ ਕਈ ਦੋਸ਼ ਪੈ ਗਏ ਉਹ ਆਪਣੇ ਆਪ ਨੂੰ ਨਿਰਦੋਸ਼ ਸਮਝਦਾ ਹੈ, ਪਰ ਜਿਤਨਾ ਚਿਰ ਕੋਈ ਉਸਦਾ ਫੈਸਲਾ ਨਾ ਦੇਵੇ ਉਹਨੂੰ ਕੀ ਪਤਾ ਵੀ ਮੈਂ ਚੰਗਾ ਕੰਮ ਕਰਦਾ ਕਿ ਬੁਰਾ ਕਰਦਾ। ਹੁਣ ਇੱਕ ਬੱਚਾ ਮਰਦਾਂਗੇ ਵਜਾਈ ਜਾਏ, ਇਹਨੂੰ ਕੀ ਪਤਾ ਕਿੱਥੇ ਕਿਆ ਕੰਮ। ਇੱਕ ਪੜ੍ਹੀ ਜਾਂਦਾ ਪੜ੍ਹਿਆ ਨਾ ਹੀ ਪੇਦ ਗੁਰਬਾਣੀ ਅਨੁਸਾਰ ਪਵਾ ਬੁਝਿਆ ਪਾਵਣਾ, ਪੜ੍ਹੀ ਜਾਂਦਾ ਪੜ੍ਹੀ ਜਾਂਦਾ, ਉਹਨੂੰ ਇਹ ਕੋਈ ਪਤਾ ਨਹੀਂ ਵੀ ਮੈਂ ਸ਼ੁੱਧ ਪੜ੍ਹਦਾ ਕਿ ਅਸ਼ੁੱਧ ਪੜ੍ਹਦਾ। ਪੜ੍ਹਿਆ ਨਾ ਹੀ ਪੇਦ ਬੁਝਿਆ ਪਾਵਣਾ, ਪ੍ਰਾਪਤੀ ਕਦੋਂ ਹੋਵੇਗੀ ਜਦੋਂ ਕੋਈ ਦੱਸੂਗਾ, ਬੁਝਿਆ ਬੁਝਾਊਗਾ ਕੌਣ, ਉਹਨੇ ਬੁਝਿਆ ਨਹੀਂ ਹੈ ਕਿ ਮੈਂ ਸਹੀ ਪੜ੍ਹਦਾ। ਇੱਕ ਸਟੂਡੈਂਟ ਪੜ੍ਹੀ ਜਾਂਦਾ ਜਦ ਇਮਤਿਹਾਨ ਹੁੰਦਾ ਉਦੋਂ ਪਤਾ ਲੱਗਦਾ ਉਹਦਾ, ਜੇ ਇਮਤਿਹਾਨ ਹੋਵੇ ਨਾ ਉਹਦਾ ਕੋਈ ਪਤਾ ਨਹੀਂ ਹੈ ਫੇਲ ਹੈ ਪਾਸ ਹੈ ਸ਼ੁਭ ਨੰਬਰ ਨੇ ਕਿ ਜ਼ੀਰੋ ਹੈ। ਤੋ ਪੜ੍ਹਿਆ ਨਾ ਹੀ ਪੇਰ, ਜਿਤਨਾ ਚਿਰ ਕੋਈ ਗੁਰੂ ਮਹਾਂਪੁਰਸ਼ ਇਹਦਾ ਫੈਸਲਾ ਨਹੀਂ ਦਿੰਦਾ ਸ਼ੁਭ ਅਸ਼ੁਭ ਦਾ, ਸਤ ਨਿਰਤ ਦਾ, ਗੁਣ ਅਵਗੁਣਾਂ ਦਾ, ਤੈਨੂੰ ਕੋਈ ਪਤਾ ਨਹੀਂ ਲੱਗਦਾ। ਅੱਗੇ ਵਿਚਾਰ ਇਸ ਜੋ ਚੱਕਰ ਜਿਨ੍ਹਾਂ 'ਤੇ ਪੈ ਗਿਆ ਆਪ ਸੁਣਦੇ, ਹਜ਼ਰਤ ਮੁਹੰਮਦ ਸਾਹਿਬ ਬਾਰੇ ਮੈਂ ਟੂਕ ਬੋਲ ਗਿਆ, ਚਲੋ ਇੱਧਰ ਉਸੇ ਬਿਰਤੀ ਵਿੱਚ ਕਿ ਜਾਂ ਤਾਂ ਮੈਂ ਹਾਂ ਹੋਰ ਕੀ ਦੇਖਿਆ, ਜਾਂ 14 ਤਪਕ ਹਨ ਕੋਈ ਫਕਰ ਫਕੀਰ ਬੋਲਦਾ 14 ਤਪਕ ਬੰਦੇ ਦੇ ਅੰਦਰ ਤੰਬੂ ਮਾਗੂ ਤਾਣੇ ਇਹਦੇ ਅੰਦਰ ਇਹ ਨੌਖੰਡ ਪ੍ਰਿਥਵੀ ਜੋ ਗੁਰੂ ਸਾਹਿਬ ਕਿਹਾ, ਐਡਾ ਮੇਰਾ ਕਿਹੜਾ ਦਰਦੀ ਜਿਹੜਾ ਦਿਲਾਂ ਦੀਆਂ ਜਾਣੇ। 14 ਤਬਕ ਮੇਰੇ ਅੰਦਰੇ ਪਏ ਨੇ ਪਰ ਹਰ ਇੱਕ ਨੂੰ ਨਹੀਂ ਪਤਾ
ਮੇਰੇ ਅੰਦਰ ਕੀ ਹੈ। ਇਨਸਾਨ ਦੇ ਅੰਦਰ ਹੀ ਸਾਰੇ ਤਬਕ ਪਏ ਨੇ। ਕੱਲ ਸੁਣਿਆ ਇੱਕ ਲੂਹ ਲੂਹ ਦੇ ਵਿੱਚ ਕਰੋੜਾਂ ਖੰਡ ਬ੍ਰਹਿਮੰਡ, ਬ੍ਰਹਿਮੰਡ ਕਦ ਬਣਦਾ, ਖੰਡ ਨੌ ਨੇ ਧਰਤੀ ਦੇ, ਇਸ ਤੋਂ ਅੱਗੇ ਬ੍ਰਹਿਮੰਡ ਆਉਣੇ ਨੇ। ਕਿਤਨੇ ਕੋਹਾਂ ਦੇ ਜਿਵੇਂ ਯੋਜਨ ਬਣਦਾ, ਕਿਤਨੇ ਕੋਹਾਂ ਦਾ ਬ੍ਰਹਿਮੰਡ ਬਣਦਾ ਜਾਂਦਾ ਹੈ। 36 ਕਲਪ ਦੇਵ ਕੋਹਾਂ ਨੂੰ ਵੀ ਇੱਕ ਬ੍ਰਹਿਮੰਡ ਦੀ ਰਚਨਾ ਆਖੀ ਹੈ। ਕਲਪ ਜਿਵੇਂ ਆਪਾਂ ਮੀਲ ਗਿਣਦੇ ਹਾਂ ਕੋਹਾਂ, ਇੰਨੀਆਂ ਥਾਂ ਥਾਂ 'ਤੇ ਇਹ ਬ੍ਰਹਿਮੰਡ ਆਉਂਦੇ ਜਾਣੇ ਨੇ, ਇੱਕ ਨਾ ਦੋ, ਚਾਰ ਨਾ ਦਸ। ਉੱਥੇ ਵੀ ਗੁਰੂ ਸਾਹਿਬ ਫਰਮਾਉਂਦੇ ਨੇ ਪਰਮਾਤਮਾ ਦੀ ਜੋਤ ਔਰ ਪਰਵਰਿਸ਼ ਕਰਦਾ ਹੈ, ਪ੍ਰਤਪਾਲਣਾ ਕਰਦਾ ਹੈ। ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਉੱਥੇ ਵੀ ਜਿਹੜੇ ਜਿਹੜੇ ਜੀਵ ਰਚੇ ਨੇ ਸਭ ਨੂੰ ਦਾਤਾ ਦਾਤਾ ਉੱਥੇ ਵੀ ਪਹੁੰਚਾਉਂਦਾ ਹੈ। ਪ੍ਰਤਪਾਲਾ ਨਿਤ ਸਾਰ ਸੰਭਾਲ ਹੈ, ਸਭ ਕੁਝ ਜਾਣਦਾ ਹੈ ਵੀ ਮੇਰੀ ਪਾਲਣਾ ਕੌਣ ਕਰਦਾ। ਪਰ ਇੱਥੇ ਇੱਕ ਗੱਲ ਭੁੱਲ ਗਿਆ ਕਿ ਮੈਂ ਹਾਂ ਇਹ 14 ਤਪਕ ਨੇ, ਬਸ ਇਹੀ ਪੈਗੰਬਰ ਭੇਜਿਆ ਜ਼ਰੂਰ ਹੈ, ਖੁਦਾ ਦੇ ਸੁਨੇਹੇ ਦੇਣੇ ਜ਼ਰੂਰ ਨੇ, ਮਗਰ ਉੱਥੇ ਤਕੱਬਰ ਹੰਕਾਰ ਮਾਨ ਹੋ ਮੈਂ ਹੰਗਤਾ ਕਹੀਏ ਸਭ ਕੁਛ ਉਹਦੇ ਅੰਦਰ ਆ ਗਈਆਂ। ਉਹਨਾਂ ਨੇ ਭੁਲਾ ਤਾਂ ਮੈਂ ਹੀ ਹੂੰ, ਜਿਵੇਂ ਬ੍ਰਹਮਾ ਦੀ ਸੁਣੀ ਹੈ, ਇਹ ਅਨੰਤਤਾਈ ਹੋਈ ਚੱਲ ਰਹੀ ਹੈ ਕਿ ਮੈਂ ਹੀ ਹੂੰ। ਮੇਰਾ ਰਚਨਹਾਰ ਤਾਂ ਦੱਸ ਦੇਖਦਾ ਹੀ ਕੋਈ ਨਹੀਂ, ਇਹ ਕਮਲ ਥੋੜ੍ਹੋ ਹੈ, ਕਹਿੰਦਾ ਨਾ ਵੀ ਕਮਲ ਦੀ ਸੁਣੀ ਕਥਾ, ਇਹ ਥੋੜ੍ਹੋ ਹੈ ਮੇਰਾ ਕਰਤਾ, ਇਹ ਜਨਮਦਾਤਾ ਮੇਰਾ ਥੋੜ੍ਹੋ ਹੈ ਬਸ। ਪਰ ਪੜ੍ਹੋ ਤਾਰਨਾ ਪਿਆਰ ਦੇ ਨਾਲ, ਬਈ ਮਨ ਮੁੱਖਾਂ ਨੇ ਵਿਸਾਰ ਦਿੱਤਾ ਵਾਹਿਗੁਰੂ ਦਾਤ ਨੂੰ ਪਿਆਰੀ ਜਾਣ ਕੇ, ਦਾਤ ਨੂੰ ਪਿਆਰੀ ਜਾਣ ਕੇ, ਪਿਆਰੇ ਜੀ ਦਾਤ ਨੂੰ ਪਿਆਰੀ ਜਾਣ ਕੇ, ਵਿਸਾਰ ਦਿੱਤਾ ਦਾਤੇ ਨੂੰ ਵਿਸਾਰ ਦਿੱਤਾ ਵਾਹਿਗੁਰੂ ਦਾਤ ਨੂੰ ਪਿਆਰੀ ਜਾਣ ਕੇ, ਮਨ ਮੁੱਖਾਂ ਨੇ ਵਿਸਾਰ ਦਿੱਤਾ ਵਾਹਿਗੁਰੂ ਦਾਤ ਨੂੰ ਪਿਆਰੀ ਜਾਣ ਕੇ, ਹਾਂ।
ਦਾਤ ਪਿਆਰੀ, ਬਿਸਰਿਆ ਦਾ ਤਾਰਾ ਜਾਣੇ ਨਾਹੀ ਮਰਨ ਵਿਚਾਰਾ, ਬਸਤ ਪਰਾਈ ਕੋ ਉੱਠ ਰੋਵੈ, ਇਹ ਕਿਹਨੇ ਦਿੱਤਾ ਸੀ ਉਹਨੂੰ? ਕਰਮ ਤਰਨ ਸਗਲਾ ਈ ਖੋ, ਸਾਰੇ ਹੀ ਖੋ ਲੈਂਦੇ ਉੱਥੇ, ਕਿੱਦਾਂ ਦੋਸ਼ ਪਿਆ ਸੀ ਮੈਂ ਹੋ ਵੀ ਕਿਹਨੇ ਬਣਾਇਆ ਤੈਨੂੰ ਭਲਾ? ਬਸ ਇੰਨੀ ਵਸਤੂ ਇਹ ਜਾਣਦਾ ਹੋਇਆ ਉਹਦੇ 'ਤੇ ਇੰਨੀ ਮਾਇਆ ਪਈ ਹੈ, ਹੈ ਹੀ ਸੰਸਾਰ ਮਾਇਆ। ਚਲੋ ਇੱਕ ਦਿਨ ਆਪਣੀ ਮੌਜ ਵਿੱਚ ਤੁਰਿਆ ਹੁੰਦੇ ਹਜ਼ਰਤ ਮੁਹੰਮਦ ਸਾਹਿਬ, ਅੱਗੇ ਕੀ ਹੋਇਆ ਰਸਤਾ ਆ ਗਿਆ, ਸੜਕ ਜਿਹਨੂੰ ਪਾਰ ਕਰਨਾ ਕਹਿੰਦੇ ਹਾਂ ਅਸੀਂ, ਇੱਕ ਊਂਠਾਂ ਦੀ ਕਤਾਰ ਲੱਗੀ ਆਉਂਦੀ ਹੈ, ਉਹਦੇ 'ਤੇ ਕੋਈ ਵਜਨ ਧਰਿਆ ਜਿਵੇਂ ਬੋਰੀਆਂ ਧਰ ਦਈਏ, ਪਰਦੇ ਲਾ ਲਾ ਕੇ ਆਉਂ, ਦੋ ਦੋ ਤਿੰਨ ਤਿੰਨ ਸੰਦੂਕ ਉਹਦੇ ਉੱਤੇ ਲੱਦੇ ਹੋਏ ਨੇ। ਹੁਣ ਉਹੀ ਦੇਸ਼ ਵੀ ਅਰਬ ਵਾਲੇ, ਉੱਧਰ ਊਂਠਾਂ ਨਾਲੇ ਜ਼ਿਆਦਾ ਵਪਾਰ ਹੁੰਦਾ ਹੈ, ਅੱਜ ਕੱਲ੍ਹ ਤੋਂ ਮਸ਼ੀਨਰੀ ਹੋ ਗਈ, ਊਂਠਾਂ ਨੂੰ ਊਂਠ ਉੱਠਣੀਆਂ ਬੜਾ ਇੱਕ ਤੋਹਫ਼ਾ ਗਿਣਦੇ ਨੇ ਅਰਬ ਵਿੱਚ, ਬਗਦਾਦ ਵਿੱਚ ਵਪਾਰੀ ਲੋਕ ਹੀ ਉੱਧਰ ਜੋ ਕੁਛ ਹੈ ਵਪਾਰ ਊਂਠਾਂ 'ਤੇ ਹੀ ਕਰਦੇ ਹੈ। ਇੱਕ ਕਤਾਰ ਵਧੀ ਜਾ ਰਹੀ ਹੈ, ਹਜ਼ਰਤ ਮੁਹੰਮਦ ਸਾਹਿਬ ਪਾਰ ਹੋਣ ਲੱਗੇ, ਉਹ ਲਾਈਨ ਟੁੱਟਦੀ ਨਹੀਂ, ਸੂਰਜ ਚੜ੍ਹਨ ਤੋਂ ਖੜ੍ਹ ਗਏ ਉੱਥੇ, ਪਹਿਰ ਦੋ ਪਹਿਰ, ਦੁਪਹਿਰਾ ਹੋ ਗਿਆ, ਤੀਸਰਾ ਪਹਿਰ ਹੋ ਗਿਆ, ਕਹਿੰਦਾ ਲਾਈਨ ਹੀ ਨਹੀਂ ਮੁੱਕਦੀ, ਕਤਾਰ ਨਹੀਂ ਊਂਠਾਂ ਦੀ ਮੁੱਕਦੀ, ਮੈਂ ਪਾਰ ਲੰਘਣਾ। ਫਿਰ ਉਸ ਵੇਲੇ ਪਾਰ ਲੰਘਣ ਵਾਸਤੇ ਮਨ ਵਿੱਚ ਸੀ ਇਤਨੇ ਨੂੰ ਕੁਦਰਤੀ, ਉਹਨੂੰ ਕੋਈ ਮਤ ਮਿਲਣੀ ਸੀ, ਆਇਆ ਸੰਸਾਰ ਨੂੰ ਐਂ ਬਹੁਤ ਦੇਣ, ਖੁਦਾ ਪੇ ਭੁੱਲ ਗਿਆ। ਇੱਥੇ ਸੰਸਾਰ ਵਿੱਚ ਇੱਥੇ ਆਇਆ ਨੂੰ ਦੁਨੀਆ ਮੋਹ ਲੈਂਦੀ, ਦਗੇਬਾਜ਼ੀ ਦਾ ਤਾਰ ਕੇ ਪੇਸ਼ ਮੀਆਂ, ਬੜੇ ਬੜੇ ਫਕੀਰ ਆਲਮ ਲੋਕਾਂ ਨੇ ਐਂ ਮੋਹ ਲੈਂਦੇ ਨੇ, ਕੋਈ ਪਤਾ ਨਹੀਂ ਚੱਲਦਾ ਇਹ ਸੰਸਾਰ ਵਿੱਚ ਕੀ ਕੁਛ ਹੈ। ਪਾਂਡਵਾਂ ਨੇ ਜੱਗ ਵਾਸਤੇ ਜਦੋਂ ਰਾਜਸੀ ਘੋੜਾ ਛੱਡਿਆ, ਰਾਜਸੂ ਇੱਕ ਤ੍ਰਿਆ ਰਾਜ ਵਿੱਚ ਚਲੇ ਗਏ, ਮਗਰ ਯੋਧੇ ਨੇ, ਸੂਰਮੇ ਨੇ ਮਗਰ ਯੋਧੇ ਸ਼ਾਸਤਰ ਲਏ, ਜਿਹੜਾ ਘੇਰੋ ਉੱਥੇ ਹੀ ਉਹਦੇ ਨਾਲ ਜਾਂ ਜੰਗ ਯੁੱਧ ਕਰਾਂਗੇ, ਪਿਆ ਟਾਈਮ ਬੰਨ ਲਾਂਗੇ ਵੀ ਆ ਜਾ ਫਿਰ ਸਾਡੇ ਨਾਲ ਮੈਦਾਨ ਵਿੱਚ ਜੇ ਤੇਰੇ ਜ਼ਿਆਦੇ ਵਾਲਾ ਹੈ। ਉਹ ਮਗਰ ਤੁਰੇ ਆਉਂਦੇ ਨੇ ਤ੍ਰਿਆ ਰਾਜ ਵਿੱਚ, ਐਸਾ ਕਾਮਰੂ ਰਾਜ, ਗੁਰੂ ਤੇਗ ਬਹਾਦਰ ਸਾਹਿਬ ਵਾਲਾ ਵੀ ਸੁਣਨਾ, ਰਾਜੇ ਬਿਸ਼ਨ ਸਿੰਘ ਵਾਲੀ ਵੀ ਕਥਾ, ਪਟਨੇ ਸਾਹਿਬ ਵਾਲੀ, ਕਾਮਰੂ ਦੇਸ਼ ਹੈ ਕਿਹਾ ਜਾ, ਤ੍ਰਿਆ ਰਾਜ ਕੈਸਾ ਹੈ, ਘੋੜਾ ਉਹਨਾਂ ਲੜਕੀਆਂ ਨੇ ਘੇਰ ਲਿਆ, ਫੜ ਲਿਆ, ਜਦੋਂ ਪਕੜ ਲਿਆ ਜੋ ਵੀ ਕੋਈ ਯੋਧਾ ਜਾਂਦਾ ਹੁਣ ਉੱਥੇ ਮੋਹਿਆ ਜਾਂਦਾ, ਜਿਹੜੀ ਇਸਤਰੀਆਂ ਦੇਖਦੀ ਆ ਬਸ ਉਹ ਯੋਧਾ ਉੱਥੇ ਹੀ ਸ਼ਾਸਤਰ ਸਿੱਟ ਕੇ ਬਿਨਾਂ ਲੜਾਈ ਲੜੇ ਉਹਨਾਂ ਲੜਕੀਆਂ ਦੇ ਨਾਲੇ ਰਲ ਜਾਂਦਾ, ਫਿਰ ਸਾਰੇ ਉਹਨਾਂ ਨੇ ਬੰਨ ਲਏ ਉੱਥੇ ਮੋਹ ਲਏ। ਆਖਿਰ ਮਹਾਰਾਜਾ ਕਰਨ ਦੇ ਪੁੱਤਰ ਨੇ ਜਾ ਕੇ, ਉਹ ਬਾਲ ਜਤੀ ਸੀ, ਉਹਨਾਂ ਨੂੰ ਛਡਾਇਆ ਔਰ ਵਾਪਸ ਵੀ ਲਿਆਂਦਾ। ਜੋ ਉੱਥੇ ਉਹ ਮੂਰਛਿਤ ਰੂਪ ਹੋਏ, ਬੇਹੋਸ਼ ਹੋਏ ਪਏ, ਕਾਮਰੂ ਦੇਸ਼ ਵਿੱਚ ਮੋਹੇ ਪਏ ਸੀ, ਸਭ ਨੂੰ ਸੁੱਧ ਬੁੱਧ ਦੇ ਦਿੱਤੀ, ਗਿਆਨ ਕਰ ਦਿੱਤਾ, ਅਗਿਆਨਤਾ ਦਾ ਨਾਸ਼ ਕਰਕੇ ਖਿੱਚ ਲਿਆਂਦੇ। ਨਹੀਂ ਤਾਂ ਇੱਥੇ ਆਇਆ ਨੂੰ ਐਸੀ ਪ੍ਰਬਲ ਮਾਇਆ ਹੈ, ਇਹ ਮਾਇਆ ਮੋਹਣੀ ਮੋਹਣੀ ਨੇ ਇਹ ਕਹਿ ਡੇਕ ਭੁਲਾਇਆ ਇੱਥੇ, ਇਹ ਮਾਇਆ ਮੋਹਣੀ, ਮਾਇਆ ਮੋਹਣੀ ਮੋਹਣੀ ਨੇ, ਮਾਇਆ ਮੋਹਣੀ ਮੋਹਣੀ ਨੇ।
ਸਾਰੇ ਮਾਇਆ ਮੋਣੀ ਮੋਣੀ ਮਿੱਤਾ ਮਾਇਆ ਮੋਣੀ ਮੋਣੀ ਮਾਈ ਮਾਇਆ ਛਲ ਅਤੇ ਇੱਥੇ ਹਜ਼ਰਤ ਮੁਹੰਮਦ ਸਾਹਿਬ ਹੀ ਅਗਿਆਨ ਭੁੱਲ ਮਾਇਆ ਤਿੰਨਾਂ 'ਚ ਅਸੀਂ ਲੋਕ ਬੰਨੇ ਪਏ ਹਾਂ, ਰਜੋ ਵੀ ਸਤੋ ਵੀ ਤਮੋ ਵੀ ਅਗਿਆਨ ਵੀ ਮਲ ਵੀ ਕੇ ਪਵਣ ਦੋਸ਼ ਸਭ ਇਹਦੇ ਹੀ ਕਾਰਨ ਹਨ ਮਾਇਆ ਦੇ। ਉੱਥੇ ਖੜਾ ਰਿਹਾ ਕਹਿੰਦਾ ਉਹ ਕਿਤੇ ਨੂੰ ਜ਼ਬਰਾਈਲ ਫਰਿਸ਼ਤਾ ਆ ਗਿਆ, ਉਹ ਖੁਦਾ ਦੀ ਪ੍ਰਭੂ ਦੀ ਪਰਮੇਸ਼ੁਰ ਦੀ ਮਾਇਆ ਹੈ, ਪਾਉਣ ਵਾਲਾ ਵੀ ਉਹੀ ਲਾਉਣ ਵਾਲਾ ਵੀ ਉਹੀ ਹੈ। ਗੁਰੂ ਘਰ ਵਿੱਚ ਵੀ ਮਾਇਆ ਨੇ ਚੱਕਰ ਪਾ ਦਿੱਤਾ ਸੀ, ਭਾਈ ਗੁਰਦਾਸ ਨੂੰ ਪੁਲਾ ਨਹੀਂ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਦੇ ਮੂਹਰੇ ਅਹੰਕਾਰ ਵਿੱਚ ਬੋਲ ਪਏ ਸੀ, ਮਹਾਰਾਜ ਕਹਿੰਦੇ ਸੀ ਜੇ ਗੁਰਸੰਗ ਵਰਤਦਾ ਕਿਆ ਸਿੱਧ ਕਿਆ ਸਿੱਖ ਵਿਚਾਰ, ਕਹਿੰਦੇ ਨਹੀਂ ਮਹਾਰਾਜ ਜੇ ਗੁਰਸੰਗ ਪਲਟਿਆ ਸਿੱਖ ਸਿਦਕ ਨਾ ਹਾਰੇ। ਚੰਗਾ ਫਿਰ ਕੋਈ ਗੱਲ ਨਹੀਂ, ਘੋੜੇ ਖਰੀਦਣ ਤੋਰ ਦਿੱਤੇ ਨੇ, ਕੰਧਾਰੀ ਘੋੜੇ ਕਾਬਲ ਜਿਹਨੂੰ ਅਸੀਂ ਮਾਇਆ ਦੇ ਜਾਲ ਵਿੱਚ ਦੇਖਦੇ ਹਾਂ, ਕਾਬਲੀ ਕੰਧਾਰੀ ਘੋੜਿਆਂ ਦਾ ਖੁਰਾਸਾਨੀ ਘੋੜੇ ਜਿਹਨੂੰ ਕਹਿੰਦੇ ਸੀ। ਚਲੋ ਮੰਡੀ ਲੱਗੀ ਹੋਈ ਹੈ, ਘੋੜੇ ਖਰੀਦ ਵੀ ਲਏ, ਸਾਈਆਂ ਲੱਗ ਗਈਆਂ, ਮਾਇਆ ਉਤਾਰਨੀ ਹੈ, ਖਜ਼ਾਨਾ ਤੰਬੂ ਵਿੱਚ ਪਿਆ। ਜਦੋਂ ਗੁਰੂ ਸਾਹਿਬ ਜੀ ਨੇ ਮਾਇਆ ਪਲਟਾਈ, ਪਾਉਣ ਵਾਲੇ ਅਤੇ ਲਾਉਣ ਵਾਲੇ ਆਪੇ ਨੇ, ਆ ਕੇ ਦੇਖਿਆ ਉਹ ਮੋਹਰਾਂ ਦੀਆਂ ਸਾਰੀਆਂ ਠੀਕਰੀਆਂ ਬਣ ਗਈਆਂ। ਹੁਣ ਮੱਥੇ ਕਿਵੇਂ ਲੱਗੇ ਉਧਰ ਸੁਦਾਗਰਾਂ ਦੇ, ਲੱਖਾਂ ਲੱਖਾਂ ਦੇ ਘੋੜੇ ਖਰੀਦ ਲਏ ਸਿੱਖਾਂ, ਉਹ ਕਹਿੰਦੇ ਮੈਂ ਖਜ਼ਾਨਚੀਆਂ ਆਗੂਆਂ ਜਥੇਦਾਰਾਂ ਮੁਖੀ ਹਾਂ। ਮੱਥੇ ਕਿਵੇਂ ਲੱਗੇ, ਬਸ ਤੰਬੂ ਫਾੜ ਕੇ ਪਿੱਛੇ ਨੂੰ ਇਹ ਨਿਕਲ ਤੁਰਿਆ, ਹੁਣ ਇੱਧਰ ਮੱਥੇ ਲੱਗਿਆ ਜਾਂਦਾ। ਕੋਈ ਇਹ ਮਾਇਆ ਹੈ, ਇਹ ਮਾਇਆ ਜਦੋਂ ਇਹ ਕਿਤਨੇ ਸਿੱਖ ਸੇਵਕਾਂ 'ਤੇ ਮਾਇਆ ਪਈ, ਕਿਆ ਸਿੱਖ ਵਿਚਾਰ। ਉਹ ਪ੍ਰਭੂ ਪਰਮੇਸ਼ਰ ਭਗਵਾਨ ਦੀ ਮਾਇਆ, ਜੇ ਯੁੱਧ ਤੱਕ ਆ ਗਿਆ ਸਮਾਂ, ਸਾਡੇ ਉਹੀ ਪਰਣ ਨੇ ਕਿ ਸਿਰ ਅਸੀਂ ਗੁਰੂ ਸਾਹਿਬ ਨੂੰ ਭੇਟਾ ਕੀਤਾ, ਸਰਬੰਸ਼ ਦਾਨ ਆਪਣਾ ਸਭ ਕੁਛ ਭੇਟਾ ਕੀਤਾ, ਮਗਰ ਜਦ ਆਇਆ ਸਮਾਂ ਅਸੀਂ ਤੇਰੇ ਸਿੱਖ ਨਹੀਂ ਅਤੇ ਤੂੰ ਸਾਡਾ ਗੁਰੂ। ਹੇ ਪ੍ਰਭੂ, ਹਜ਼ੂਰ ਨੂੰ ਬਹੁਤ ਮਾਤਾ ਜੀ ਵੀ ਜਾ ਜਾ ਕਹਿੰਦੇ, ਐਡੇ ਸਿੱਖ ਹੈ, ਲੰਘ ਗਏ ਲੰਘ ਲੰਘ ਗਏ ਉਹਨਾਂ ਨੇ ਮਾਤਾ ਜੀ, ਮੈਂ ਇਮਤਿਹਾਨ ਲੈ ਰਿਹਾ, ਸਖ਼ਤ ਤੋਂ ਸਖ਼ਤ ਕਸੌਟੀਆਂ ਲਾ ਰਿਹਾ, ਮੇਰਾ ਇੱਕ ਸਿੱਖ ਵੀ ਬਣਿਆ, ਇੱਕ ਸਿੱਖ ਮੇਰੇ ਨਾਲ ਇੱਕ ਸਿੱਖ ਵੀ ਬਣਿਆ, ਪਰ ਸਿਦਕ 'ਤੇ ਤੁਲਿਆ ਹੋਵੇ, ਇੱਕੋ ਹੀ ਸਿੱਖ। ਪਰ ਸੋ ਕਹਿਣ ਕਾਲ ਸਾਹਿਬ ਬੰਦਾ ਸਿੰਘ ਸਾਰੀ ਲੁੱਟ ਮਖਿਆ, ਅਜੇ ਤੱਕ ਥੇ ਪਏ ਨੇ ਬਣੇ ਥੇ। ਆ ਸਰੰਗ ਫਤਿਹਗੜ੍ਹ ਸਾਹਿਬ ਇੱਕ 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 ਸੱਜਣ ਨੇ ਵਚਨ ਮੰਨ ਕੇ, ਜਦੋਂ ਫਿਰ ਮਾਇਆ ਪਾਈ ਕੁਛ ਹੋਰ ਹੀ ਬਣ ਗਿਆ, ਕਿੱਥੋਂ ਤੋਰਿਆ, ਕੀ ਕੁਛ ਕਰਮ ਕੀਤੇ ਨੇ, ਉਹਦੀ ਮਾਇਆ ਭੁਲਾਉਣ ਵਾਲਾ ਮਾਲਕ, ਲਾਉਣ ਵਾਲਾ ਵੀ ਉਹ ਆਪੇ ਮਾਲਕ ਹੈ, ਆਪਣੀ ਮਾਇਆ ਆਪ ਪਸਾਰੀ, ਇੱਥੇ ਕਿਸੇ ਦੀ ਜ਼ੋਰ ਤਾਣ ਦੀ ਗੱਲ ਨਹੀਂ। ਆਪੇ ਦੇਖਣ ਵਾਲਾ ਆਪੇ ਦੇਖ ਆਪੇ ਬੁੱਝੇ, ਫਿਰ ਸਭ 'ਤੇ ਰਹੇ ਨਿਰਾਲਾ, ਸਭ ਸਭ ਕਹਿ ਮੱਧ ਸਭ ਨੂੰ ਤੇ ਬਾਹਰ, ਸਾਰਿਆਂ ਦੇ ਵਿੱਚ ਵੀ ਆਓ, ਕਹਿੰਦਾ ਮੈਂ ਤਾਂ ਤੁਹਾਡੇ ਨਾਲ, ਖਾਲਸਾ ਮੇਰੇ ਰੂਪ ਹੈ ਖਾਲਸਾ, ਫਿਰ ਨਿਰਾਲਮ ਵੀ ਹੋ ਗਿਆ। ਇਮਤਿਹਾਨ ਲੈਂਦਾ ਕਿਤਨੇ ਵਿਚਾਰ ਆ ਗਏ,
ਉਹਦੇ ਕਹਿੰਦੇ ਮੇਰੇ ਬਿਨਾ ਬਸ। ਅਗਰ ਅਸੀਂ ਹੁੰਦੇ ਗੁਰੂ ਸਾਹਿਬ ਮੇਰੀ ਫੌਜ ਕਿਤਨੀ ਖੜੀ ਹੈ, ਮਹਾਰਾਜਾ ਚੌਧਰੀ ਡਲ ਰਾਏ ਸਾਹਿਬ ਸਿੰਘ, ਤੁਹਾਡੇ ਲਾਲ ਸ਼ਹੀਦ ਨਾ ਹੁੰਦੇ, ਤੁਹਾਡੇ ਲਾਲ ਨੀਹਾਂ ਵਿੱਚ ਚਿਣੇ ਨਾ ਜਾਂਦੇ। ਪਰ ਜਦੋਂ ਪਰਖਣਾ ਹੋਈ ਉਦੋਂ ਇੱਕ ਵੀ ਨਾ ਖੜਿਆ। ਜਿਹਨਾਂ ਨੂੰ ਪਰਖਿਆ ਨੌ ਜੀਤ ਸਿੰਘ ਹੋਰ ਦਾ ਲੈਂਦੇ, ਭਰਾ ਬੜਾ ਆਉਂਦਾ, ਸੁਣਿਆ ਜਿਹਨੂੰ ਉਹ ਮੂਹਰੇ ਆਉਂਦਾ, ਜਿਹਦਾ ਨਾਂ ਲਿਆ ਪਿੱਛੋਂ ਆਉਂਦਾ, ਪੱਗ ਬੰਨਦੇ ਬੰਨਦੇ, ਕੀ ਚਾਹੁੰਦੇ ਹੋ? ਡਲ ਰਾਏ ਆ ਦੇਖ ਬੰਦੂਕ ਚੱਕੀ, ਮੈਂ ਨਿਸ਼ਾਨਾ ਬਣਾਉਣਾ ਚਾਹੁੰਦਾ। ਐ ਖਿੱਚਦੇ ਨੇ ਹਜ਼ੂਰ, ਮੈਂ ਬੜਾ ਹਾਂ, ਇਹ ਤਾਂ ਫੇਰ ਵੀ ਕੰਮ ਆ ਜੂਗਾ, ਮੇਰਾ ਪਹਿਲਾਂ ਹੀ ਲੇਖੇ ਲਾ ਦਿਓ ਸਰੀਰ ਤੁਸੀਂ। ਇਹ ਜੇ ਸੀ ਮਹਾਰਾਜਾ ਡਲ ਰਹੇ ਸੀ। ਮੈਂ ਇਹਨਾਂ ਸਿੱਖਾਂ ਦੇ ਸਿਦਕੀਆਂ ਦੇ ਸਿਰ ਤੇ ਐਡੇ ਐਡੇ ਜੰਗ ਯੁੱਧ ਰਚੇ ਨੇ, ਇਹਨਾਂ ਦੇ ਸਿਰ ਤੇ ਹੀ ਮੈਂ ਆਦੇ ਆ ਜੰਗਲ ਵਿੱਚ, ਮਾਲਵੇ ਵਿੱਚ, ਰੋਈਆਂ ਵਿੱਚ, ਲੱਖੀ ਜੰਗਲ, ਮੈਂ ਇਹਨਾਂ ਦੇ ਸਿਰ ਤੇ ਹੀ ਤੁਰਿਆ ਫਿਰਦਾ ਹਾਂ। ਇਹੀ ਮੇਰਾ ਓਟ ਆਸਰਾ, ਕੋਟ ਵੀ ਮੇਰਾ, ਓਟ ਵੀ ਮੇਰਾ, ਉਹ ਤਨ ਮਾਲਕ ਸਭ ਕਹਿ ਮਦ ਸਭੂ ਤੇ ਬਾਹਰ, ਬੇਮੁਹਤਾਜ ਬਾਪਾ ਫਿਰ ਮੁਹਤਾਜ਼ਗੀ ਨਹੀਂ, ਬੇਮੁਹਤਾਜ ਆਓ ਉਸਦੀ ਮਾਇਆ ਹੈ। ਜਦੋਂ ਪਰਖਣ ਲੱਗਦੇ ਨੇ ਕਿਆ ਸਿੱਖ ਵਿਚਾਰਾ, ਉੱਥੇ ਆਓ ਇਹ ਤੇਰੀ ਮਾਇਆ ਜੀ ਤੇ ਪਾ ਦੇ ਨੂੰ, ਉਹ ਕੌਣ ਹੈ ਕਿ ਵੀਰ ਮਾਇਆ ਤਜੀ ਤੋਂ ਕਿਆ ਪਿਆ ਸੀ, ਮੈਂ ਹੁਣ ਤਿਆਗ ਦੀ ਵਸਤੂ ਤੇ, ਜਦ ਮਾਨ ਤਜਿਆ ਨਹੀਂ ਜਾਏ, ਅੱਗੇ ਮਾਨ ਆ ਗਿਆ ਲੋ ਜੀ, ਜਦ ਮਾਨ ਤਜਿਆ ਨਹੀਂ ਜਾਏ ਮੈਥੋਂ ਬਿਨਾ, ਮੇਰਾ ਮਾਨ ਮੈਨੂੰ ਇਹ ਮਾਨ ਮੁਨੀ ਮੁਨਵਰ ਗਲੇ, ਇੱਥੇ ਦੀ ਵਿਚਾਰ ਸੀ। ਕਿਤਨੇ ਜੁਜ ਇਕੱਠੇ ਹੋ ਗਏ, ਕੋਈ ਪਰਵਾਹ ਨਹੀਂ, ਉਹ ਮਾਲਕ ਦੀ, ਪ੍ਰਭੂ ਦੀ, ਅੱਜ ਪਿਤਾ ਦੀ, ਮੈਂ ਇੱਕ ਤਿਉਹਾਰ ਵੀ ਕਿਹਾ ਹੈ ਜੀ, ਮਾਨ ਹੈ ਤੇਰਾ, ਮਾਨ ਨਹੀਂ ਗੁਰਾਂ ਨੂੰ ਪਾਉਂਦਾ। ਮਹਾਰਾਜ ਸਵਾਮੀ ਮਹਾਨ ਸ਼ਕਤੀ ਮਾਲਕ ਪਰਮੇਸ਼ਰ ਔਰ ਪਹਿਲੇ ਬ੍ਰਹਮਾ, ਇਹਨਾਂ ਦੀਆਂ ਕਥਾਵਾਂ 'ਚ ਆਨੰਦ, ਅੱਜ ਪਤਾ ਨਹੀਂ ਕੀ ਸੀ, ਨਾਲ ਉਹੀ ਸ਼ਬਦ ਉਹੀ ਚੱਲ ਰਿਹਾ ਜੀ, ਨਾਲ ਕੁਟੰਬ ਸਾਥ ਵਾਰਦਾਤਾ, ਕਿੱਥੇ ਆ ਗਏ ਬ੍ਰਹਮਾ ਜੀ? ਆਪਦੇ ਸਪੁੱਤਰ ਬਖਤਾ ਲਬਦ ਰਿਸ਼ੀ ਦੇ ਪਾਸ ਆ ਜਾਂਦੇ ਹਨ। ਬਖਤਾ ਲਬਦ ਰਿਸ਼ੀ ਤਪ ਕਰ ਰਿਹਾ, ਤਪ ਦਾ ਅਭਿਮਾਨ ਹੋਇਆ, ਖੁਦ ਗੁਰੂ ਪਿਤਾ ਆ ਜਾਂਦਾ, ਸਾਡਾ ਫਰਜ਼ ਹੁੰਦਾ, ਫਰਜ਼ ਤੋਂ ਵੀ ਅੱਗੇ ਧਰਮ ਹੈ, ਧਰਮ ਰੀਤੀ ਹੈ, ਆਪਦੇ ਗੁਰੂ ਪਿਤਾ ਉਸਤਾਦ ਵਿਦਿਆ ਦਾਤੇ ਦੇ ਆਉਣ ਤੋਂ ਸਿਰ ਨੀਵਾਂ ਕਰਕੇ ਖੜ ਜਾਣਾ ਕਰਨਾ, ਇਹ ਤਾਂ ਆਮ ਸਕੂਲਾਂ ਵਿੱਚ ਵੀ ਪ੍ਰਚਲਿਤ ਹੈ ਕਿ ਵਿਦਿਆ ਦਾਤਾ ਆ ਗਿਆ, ਟੀਚਰ ਮਾਸਟਰ, ਇੱਕ ਮਨੀਟਰ ਹੁੰਦਾ ਕਿ ਸਟੈਂਡ। ਇਹ ਆਮ ਦੁਨਿਆਵੀ ਖੇਤਰ, ਇਹ ਅਧਿਆਤਮਕ ਹੈ। ਦਸ਼ਮੇਸ਼ ਪਿਤਾ ਜੀ ਦੀ ਅਗਰ ਟਕਸਾਲ ਹੈ, ਇੱਥੇ ਵੀ ਵਿਦਿਆਰਥੀ ਨੂੰ ਆਪਦਾ ਗੁਰੂ ਦਾਤਾ ਵਿਦਿਆ ਦਾਤਾ ਮੰਨਣਾ ਪਵੇਗਾ ਕਿ ਮੇਰਾ ਵਿਦਿਆ ਗੁਰੂ ਹੈ, ਵਿਦਿਆ ਦਾਤਾ ਹੈ। ਅਗਰ ਨਹੀਂ ਮੰਨੇਗਾ, ਸ਼ਾਸਤਰ ਇਸ ਤੋਂ ਉਲਟ ਵੀ ਹੈ ਕਿ ਇੱਕ ਅਕਸ਼ਰ ਦਾਤਾ ਗੁਰੂ ਜੋ ਸੇਵਤ ਨੇ ਤਾਸ ਸੌ ਜਨਮ ਰੇ ਸਵਨ ਕਾਂਤ ਸਪੱਜ ਕਰ ਵਾਸ। ਮੰਨਣ ਯੋਗ ਹੈ ਜਿਹੜੇ ਮੰਨਦੇ ਨੇ ਭਾਈ, ਮੰਨੇ ਕੀ ਗੱਤ ਕਹੀ ਨਾ ਜਾਏ। ਨਾ ਮੰਨਣ ਵਾਲਿਆਂ ਦੀ ਵੀ ਸੁਣ ਰਹੇ ਹੋ ਜੇ, ਲਾਈਨੇ ਵੱਜੀ ਜਾ ਰਹੀ ਹੈ। ਰੱਬ ਦਾ ਰੂਪ ਹੋ ਕੇ ਵੀ ਭੁੱਲ ਗਏ, ਅਵਤਾਰ ਬਣ ਕੇ ਪੈਗੰਬਰ, ਉਹ ਵੀ ਭੁੱਲ ਗਿਆ। ਅੱਜ ਬਖਤਾ ਲਬਦ ਰਿਸ਼ੀ
ਉਹਦੇ ਵਿੱਚ ਤਪਦਾ ਬਲ ਇਤਨਾ ਹੈ। ਜੇ ਕਿਸੇ ਨੂੰ ਕੋਈ ਵੀ ਵਚਨ ਸ਼ਰਾਪ ਦੇ ਦਿੰਦਾ ਪੂਰਾ ਹੁੰਦਾ, ਬਰ ਦੇ ਦਿੰਦਾ ਉਹ ਵੀ ਫਲੀਭੂਤ ਹੁੰਦਾ। ਬਰਦਾਤਾ ਐਸੇ ਬੋਲਣਾ ਆ ਗਏ ਨੇ, ਉੱਠ ਕੇ ਖੜੇ ਨਾ ਹੋਏ। ਕਿਉਂ? ਕੋਈ ਮੈਨੂੰ ਔਰ ਮੇਰੇ ਚੇਲੇ ਰਿਸ਼ੀ ਆਦਿਕ ਬੈਠੇ ਹੋਣ, ਉਹ ਕਹਿਣਗੇ ਲੈ ਤਾਂ ਆਪਦੇ ਪਿਤਾ ਨੂੰ ਹੀ ਉੱਠ ਉੱਠ ਨਮਸਕਾਰਾਂ ਕਰੀ ਜਾਂਦਾ। ਉਹਦੇ ਅੰਦਰ ਰਾਜੰਗ ਮਾਨੰ ਅਵਮਾਨੰ ਕਹੀਨੰ, ਮਾਨ ਤੇਰਾ ਮਾਨ ਨੀ ਗੁਰਾਂ ਨੂੰ ਪਾਉਂਦਾ ਇੱਥੇ, ਬਈ ਤੇਰਾ ਤਾਂ ਮਾਨ ਨੀ ਗੁਰਾਂ ਨੂੰ ਏ ਪਾਉਂਦਾ, ਵੱਡੇ ਵੱਡੇ ਖਾਲੇ ਮਾਨ ਨੀ ਤੇਰਾ ਮਾਨ ਨਾ ਗੁਰਾਂ ਨੂੰ ਪਾਵੇ, ਵੱਡੇ ਵੱਡੇ ਖਾਲੇ ਮਾਨ ਨੀ ਮਾਨ ਮੁਨੀ ਬੜੇ ਬੜੇ ਮੁਨਵਰ, ਉਹਨਾਂ ਤੋਂ ਵੀ
ਜਿਨ੍ਹਾਂ ਦੀਆਂ ਮੰਡਲੀਆਂ ਜਿਸ ਤਰ੍ਹਾਂ ਚੱਲਦੀਆਂ, ਮੰਡਲੇਸ਼ਵਰ ਹਨ, ਮੁਨਵਰ, ਜਿਨ੍ਹਾਂ ਤੋਂ ਮੁਨੀ ਵੀ ਸਿੱਖਿਆ ਲੈਂਦੇ ਨੇ, ਮੁਨੀਸ਼ਵਰਾਂ ਤੋਂ, ਵਰ ਗਲੇ ਵਰਗ ਲਾ ਲਿਆ, ਵਰ ਮੁਨਵਰ ਗਲੇ ਗਲ ਗਏ, ਤੇਰੇ ਗੁਣ ਗਲਿਆ ਗਲ ਗਏ ਬਾਈ, ਉਹ ਤੋਂ ਬੇਅਰਥ ਗਏ। ਸ਼ੁਭ ਫਲ ਹੁੰਦਾ ਕੋਈ ਵਸਤੂ ਗਲ ਜਾਂਦੀ ਹੈ, ਪਲ ਜਾਂਦੇ ਨੇ, ਆਮ ਸਿੱਧੇ ਤਾਂ ਮਤੀਰੇ ਨੇ, ਜਿਸ ਤਰ੍ਹਾਂ ਚਲੋ ਖਰਬੂਜ਼ੇ ਆਦਿਕ, ਇਹ ਤਾਂ ਪਲ ਗਿਆ ਜੀ, ਗਲ ਗਿਆ ਜੀ, ਇਹ ਤਾਂ ਅੰਬ ਗਲ ਗਿਆ ਜੀ, ਨਾ ਸੰਭਾਲਣਾ ਹੋਵੇ, ਐਂ ਤੇਰੇ ਸਾਰੇ ਸ਼ੁਭ ਗੁਣ ਗਲ ਗਏ। ਬੜੇ ਬੜੇ ਮੁਨੀਆਂ ਦੇ ਜਪ ਤਪ ਕੀਤੇ ਹੋਏ, ਕਰਮ ਕੀਤੇ, ਧਰਮ ਕੀਤੇ ਹੋਏ, ਕਰਮ ਧਰਮ ਸਭ ਖੋ ਸਗਲਾਈ ਖੋਵੇ, ਸਾਰੇ ਖੋਲੇ, ਐਸੇ ਵਿਚਾਰ ਨਾਲ ਨਹੀਂ ਉੱਠਿਆ ਤੂੰ, ਮੈਂ ਜੇ ਜੁਜੇ ਇਕੱਠੇ ਹੋ ਰਹੇ ਨੇ, ਮਾਨ ਹੈ, ਅਹੰਕਾਰ ਹੈ, ਮਾਇਆ ਹੈ, ਔਰ ਵਿਚਾਰ ਹੁਣ ਸਾਖੀ ਦਾ ਅੱਗੇ ਤੋਰਾਂ ਥੋੜ੍ਹਾ ਜਿਹਾ, ਇਹ ਇਕੱਠੇ ਕਰੀ ਜਾਈਏ, ਇੱਥੇ ਹੀ ਇਕੱਠੇ ਕਰੀ ਜਾਵਾਂਗੇ, ਹੋਰ ਵੀ ਹੋ ਜਾਣਗੇ ਬੰਦ। ਜ਼ਬਰਾਈਲ ਫਰਿਸ਼ਤਾ ਆ ਗਿਆ, ਹਜ਼ਰਤ ਮੁਹੰਮਦ ਸਾਹਿਬ ਆਪ ਕਹਾਂ ਖੜ੍ਹੇ ਹੋ, ਤਿੰਨ ਪਹਿਰ ਲੰਘ ਗਏ ਸੀ ਖੜ੍ਹੇ ਨੂੰ, ਚੌਥਾ ਸ਼ੁਰੂ ਹੋਣ ਲੱਗਿਆ ਸੀ, ਕਹਿਣ ਲੱਗੇ ਮੈਂ ਪਾਰ ਜਾਣ ਲੱਗ ਪਰ ਲੰਘਣਾ ਸੀ, ਅਗਲੇ ਪਾਰ ਜਾਣਾ ਹੈ, ਮੈਨੂੰ ਕੋਈ ਕੰਮ ਹੈ, ਵਿਹਾਰ ਹੈ, ਕੰਮ ਤਾਂ ਹੋਊਗਾ ਤੁਹਾਨੂੰ, ਇਹ ਤਾਂ ਲਾਈਨ ਵੱਜੀ ਹੋਈ ਹੈ, ਤੁਸੀਂ ਲੰਘਣਾ ਲੰਘ ਜਾਓ ਵਿੱਚ ਹੀ ਧੱਕਾ ਦੇ ਕੇ। ਕਹਿੰਦੇ ਮੈਂ ਚਾਹੁੰਦਾ ਨਹੀਂ ਸੀ ਕੋਈ ਚੋਟ ਨਾ ਲੱਗੇ, ਮੈਂ ਇੰਨਾ ਭੁੱਲ ਤੇਜ਼ੀ 'ਚ ਕੀਤੀ ਨਹੀਂ। ਕਹਿੰਦੇ ਦੱਸਿਆ ਫਿਰ ਵੀ ਨਹੀਂ, ਜ਼ਬਰਾਈਲ ਕਹਿਣ ਲੱਗਿਆ ਤੁਹਾਨੂੰ ਤੇਜ਼ੀ ਹੈ, ਤੁਸੀਂ ਲੰਘ ਸਕਦੇ ਹੋ, ਪਰ ਇਹ ਲਾਈਨ ਨੇ ਅਜੇ ਨਹੀਂ ਮੁੱਕਣਾ, ਅਤੇ ਮੇਰੀ ਉਮਰ ਦਿਖਦੀ ਹੈ ਤੁਹਾਡੇ ਨਾਲੋਂ ਵੱਡੀ ਹੈ। ਜ਼ਬਰਾਈਲ ਕਹਿਣ ਲੱਗਿਆ ਮੈਂ ਜਦ ਤੋਂ ਜਨਮ ਲਿਆ ਇਹ ਤਾਂ ਉਦੋਂ ਦੀ ਲਾਈਨ ਵੱਜੀ ਤੁਰੀ ਜਾ ਰਹੀ ਹੈ, ਊਂਠਾਂ ਦੀ ਕਤਾਰ ਜ਼ਬਰਾਈਲ ਨੇ ਜਦੋਂ ਇੰਨਾ ਕਿਹਾ ਤੁਸੀਂ ਤਿੰਨ ਪਹਿਰ 'ਚ ਖੜ੍ਹੇ ਦੇਖਦੇ ਹੋ ਅਜੇ, ਇਹ ਪਤਾ ਮੇਰੀ ਉਮਰ ਹੀ ਲੰਘ ਗਈ, ਨਾ ਇਹਨੇ ਮੁੱਕਣਾ, ਤੁਹਾਨੂੰ ਇਹ ਵੀ ਮੈਂ ਦੱਸ ਦਿੰਦਾ ਇਹ ਲਾਈਨ ਵੱਜੀ ਚੱਲੀ ਹੈ, ਜਿਹਨੂੰ ਆਪਾਂ ਕਹਿ ਦਈਏ ਬਸ ਆ ਮਰੇ ਜੱਗ ਪਰ ਲਓ ਤੂੰ ਤੁਰ ਜੀ, ਇਹ ਫਿਰ ਜੰਮਦੇ ਮਰਦੇ ਸ੍ਰਿਸ਼ਟੀ ਤਾਂ ਐਵੇਂ ਹੀ ਰਹਿਣੀ ਹੈ, ਚਲੀ ਚਲੂਗੀ। ਤੂੰ ਕਹਿੰਦਾ ਮੈਂ ਗਿਆ ਸਾਰੀ ਤੁਰ ਗਈ, ਤੈਥੋਂ ਆਉਣ ਤੋਂ ਪਹਿਲਾਂ ਬੜਾ ਕੁਛ ਸੀ, ਇਹ ਲਾਈਨ ਇਹ ਕਤਾਰ ਇਹ ਤੋਰਨ ਵਾਲਾ ਕੋਈ ਹੋਰ ਹੈ, ਤੂੰ ਨਹੀਂ ਹੈ, ਚਲੋ ਚਾਲ ਆ ਜਿਵੇਂ ਕਹਿ ਚਲਿਆ ਚੱਲ ਚਲਿਆ ਚੱਲ। ਐਸੇ ਮੈਨੂੰ ਦੇਖਦੇ ਨੂੰ ਇਹ ਤਾਂ ਸਮਾਂ ਗੁਜ਼ਰ ਗਿਆ, ਪਰ ਅਗਰ ਤੁਹਾਨੂੰ ਕੋਈ ਤੇਜ਼ੀ ਹੈ ਤੁਸੀਂ ਇੱਕ ਲੰਘਦਾ ਅਮਹਾਰੇ ਫੜੀ ਹੋਈ ਹੈ ਲੰਘ ਜਾਓ ਵਿੱਚ। ਕਹਿੰਦੇ ਮੈਂ ਪੁੱਛਦਾ ਕੋਈ ਗੱਲ ਨਹੀਂ ਲੰਘ ਤਾਂ ਮੈਂ ਜਾਊਂਗਾ, ਤੁਸੀਂ ਇੱਕ ਸੱਜਣ ਨੂੰ ਉਠਾਲੇ ਨੂੰ ਮੈਂ ਪੁੱਛੋ ਤਾਂ ਸਹੀ ਨਾ ਰੋਕ ਲੈਣ, ਇਹਦੇ 'ਚ ਹੈ ਕੀ ਕੁਛ। ਜ਼ਬਰਾਈਲ ਨੇ ਇੱਕ ਨੂੰ ਇਸ਼ਾਰਾ ਕੀਤਾ ਸੱਜਣ ਨੂੰ, ਕਹਿੰਦਾ ਇੱਕ ਉੱਠ ਮੈਨੂੰ ਫੜਾਈ ਉਰੇ, ਉਹਨੂੰ ਇੱਕ ਪਾਸੇ ਕੱਢ ਲਿਆ, ਉਹਨੂੰ ਬਿਠਾ ਲਿਆ, ਉੱਠ ਨੂੰ ਬਿਠਾ ਕੇ ਉਹਦੇ ਤੋਂ ਇੱਕ ਸੰਦੂਕ ਲਾਇਆ, ਉਹਨੂੰ ਜਿੰਦਰਾ ਲੱਗਿਆ, ਕਹਿੰਦੇ ਖੋਲੀ ਜਰਾ ਇਹਨੂੰ। ਚਲੋ ਜੀ ਕੁਲਫ ਖੋਲ ਲਿਆ, ਖੋਲ ਕੇ ਫਿਰ ਦੇਖਿਆ ਉਹਦੇ ਵਿੱਚ ਕੀ ਹੈ, ਜਿਵੇਂ ਬੋਰੀ 'ਚ ਸਮਾਨ ਭਰਿਆ ਹੈ ਸੰਦੂਕ ਵਿੱਚ, ਖਸਖਸ ਦੇ ਦਾਣੇ ਬਰਾਬਰ, ਇਸ ਤਰ੍ਹਾਂ ਆਂਡੇ ਭਰੇ ਹੋਏ ਨੇ, ਹੈ ਬੜੇ ਬੜੇ ਛੋਟੇ ਛੋਟੇ, ਵੱਡੇ ਨਹੀਂ ਆਂਡੇ, ਵੱਡੇ ਤੋਂ ਵੱਡੇ ਵੀ ਨੇ, ਬਿਲਕੁਲ ਉਹ ਖਸਖਸ ਦੇ ਦਾਣੇ ਦੇ ਬਰਾਬਰ ਹਨ। ਕਹਿੰਦੇ ਇਹਨਾਂ ਵਿੱਚ ਹੈ ਕੀ? ਜ਼ਬਰਾਈਲ ਕਹਿਣ ਲੱਗਿਆ ਮੈਂ ਦੱਸਦਾ ਤੁਹਾਨੂੰ, ਊਠ ਦਾ ਮਾਲਕ ਜਿਹੜਾ ਹੈ ਊਠ ਲਈ ਜਾਂਦਾ ਹੈ, ਉਹ ਖੜਾ ਦੇਖੀ ਜਾਂਦਾ ਹੈ, ਤੁਸੀਂ ਮੇਰਾ ਸੰਦੂਕ ਲਾ ਲਿਆ, ਮੈਂ ਵਪਾਰੀ ਬੰਦਾ ਅੱਗੇ ਜਾਣਾ ਸੀ,
ਮੇਰੀ ਲਾਈਨ ਟੁੱਟ ਗਈ, ਮੈਨੂੰ ਬਾਹਰ ਕੱਢ ਲਿਆ, ਤੁਸੀਂ ਵਿਛੋੜਦੇ ਹੋ। ਉਹ ਅਜੇ ਕੁਝ ਖੇਦ ਕਰਦਾ, ਰੌਲਾ ਕਰਦਾ, ਮਤਲਬ ਉਹਦੇ ਰੌਲਾ ਪਾਉਂਦੇ ਪਾਉਂਦੇ ਜ਼ਬਰਾਇਲ ਨੇ ਕਾਂਡਾ ਤੋੜਿਆ, ਤੋੜ ਦਿੱਤਾ। ਜਦ ਟੁੱਟਿਆ ਉਹਦੇ ਵਿੱਚ ਕੀ ਦੇਖਿਆ, 14 ਤਬਕ ਖੜੇ ਨੇ ਪਏ ਨੇ। ਹੋਰ ਵੀ ਹੈ ਕੁਛ ਉਹਦੇ ਵਿੱਚ, ਹਜ਼ਰਤ ਮੁਹੰਮਦ ਸਾਹਿਬ ਨੇ ਆਪਦਾ ਫੋਟੋ ਸਰੂਪ ਹਜ਼ਰਤ ਮੁਹੰਮਦ ਸਾਹਿਬ ਖੜਾ ਦੇਖਿਆ ਨਾ। ਲਵਾਂਡਾ ਕਿੰਨਾ ਕਿ 14 ਤਬਕ ਹਨ ਅਤੇ ਹਜ਼ਰਤ ਮੁਹੰਮਦ ਸਾਹਿਬ ਨਾਲ ਖੜਾ ਹੈ ਉਹਦੇ ਵਿੱਚ। ਕਹਿੰਦੇ ਇੱਕ ਹੋਰ ਪੰਨੋ, ਉਹ ਵੀ ਪੰਨਿਆ, ਇੱਕ ਹੋਰ ਪੰਨੋ ਉਹ ਵੀ ਪੰਨਿਆ, ਉਹਦੇ ਵਿੱਚ ਵੀ ਇਹੀ ਸੱਤ ਪਾਤਾਲ ਸੱਤ ਆਕਾਸ਼ ਔਰ ਦਰਮਿਆਨ ਵਿੱਚ ਨਾਲ ਹੀ ਹਜ਼ਰਤ ਮੁਹੰਮਦ ਸਾਹਿਬ ਖੜਾ ਹੈ। ਉਸ ਵੇਲੇ ਦੋ ਪੰਨੇ ਤਿੰਨ ਪੰਨੇ, ਕਹਿੰਦੇ ਇਹਨਾਂ 'ਚ, ਕਹਿੰਦੇ ਇਹਨਾਂ 'ਚ ਸਾਰਾ ਕੁਛ ਆਹੀ ਕੁਝ ਭਰਿਆ ਹੋਇਆ, ਇਹ ਤਾਂ ਚਲੇ ਹੀ ਆ। ਫਿਰ ਹਜ਼ਰਤ ਮੁਹੰਮਦ ਸਾਹਿਬ ਕਿਹੜੇ ਵੇਲੇ ਦਾ ਹੋਇਆ? ਅਜੇ ਹਜ਼ਰਤ ਮੁਹੰਮਦ ਸਾਹਿਬ ਨੂੰ ਕੋਈ ਪਤਾ ਨਹੀਂ ਲੱਗਿਆ। ਇਹ ਕੀ ਕੁਛ ਹੈ? ਉੱਥੇ ਆਪਣੇ ਆਪ ਨੂੰ ਜਿਹੜਾ ਕਹਿੰਦਾ ਸੀ ਮੈਂ ਹਾਂ, ਇਹ 14 ਤਬਕ ਹਨ, ਕਹਿੰਦਾ ਇਹ ਗੱਲ ਨਹੀਂ, ਇਹ ਤਾਂ ਇੱਕ ਇੱਕ ਅੰਡੇ ਵਿੱਚ ਰਚੇ ਪਏ ਨੇ, ਮੈਂ ਇਹਨਾਂ ਦੇ ਬਰਾਬਰ ਕੀ ਆਖਾਂ ਵੀ ਮੈਂ ਹਾਂ ਕੀ, ਮੈਂ ਨਹੀਂ ਕੁਛ ਹਾਂ ਨਹੀਂ ਕੁਛ ਹਾਂ ਨਹੀਂ ਕੁਛ ਆਹੇ ਨਾ ਮੋਰਾ। ਸਦਨਾ ਜੀ ਨੇ ਵੀ ਇਹੀ ਬੇਨਤੀ ਕੀਤੀ, ਮੈਂ ਨਹੀਂ। ਇੱਥੇ ਇਹੀ ਸੀ ਗੁਰੂ ਸਾਹਿਬ ਦੀ ਬਾਣੀ ਅਨੁਸਾਰ ਵੀ ਪਿਆਰ ਨਾਲ ਹੇ ਪ੍ਰਭੂ ਔਰ ਭਗਤ ਕਬੀਰ ਜੀ ਤੱਕ ਵੀ ਕਿਤਨੇ ਪ੍ਰਮਾਣ ਦੇ ਦਈਏ। ਪ੍ਰਭ ਜੀ ਜੋ ਕੁਛ ਹੈ ਸੋ ਤੇਰਾ ਮੇਰਾ ਕੁਝ ਵੀ ਨਹੀਂ, ਜੋ ਕੁਛ ਹੈ ਸੋਈ ਤੇਰਾ ਮੇਰਾ ਕੁਝ ਵੀ ਨਹੀਂ, ਇੱਥੇ ਜੋ ਕੁਛ ਹੈ ਸੋਈ ਤੇਰਾ ਮੇਰਾ ਕੁਝ ਵੀ ਨਹੀਂ, ਜੋ ਕੁਛ ਹੈ ਸੋ ਤੇਰਾ ਮੇਰਾ ਕੁਝ ਵੀ ਨਹੀਂ, ਮੇਰਾ ਕੁਝ ਵੀ ਨਹੀਂ।
ਸਬਜੀ ਜੋ ਕੁਛ ਹੈ ਸੋਈ ਤੇਰਾ, ਇੱਥੇ ਜੋ ਕੁਛ ਹੈ ਸੋਈ ਤੇਰਾ, ਮੇਰਾ ਕੁਛ ਵੀ ਨਹੀਂ, ਕੁਛ ਵੀ ਨਹੀਂ, ਮੇਰਾ ਕੁਛ ਵੀ ਨਹੀਂ, ਇੱਥੇ ਕੁਛ ਵੀ ਨਹੀਂ, ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਹੁਣ ਅੰਤ ਦੇਖ ਲਿਆ ਨਾ, ਅੰਤ ਦੇਖ ਲਿਆ ਵੀ ਹੈ ਇੱਥੇ ਆਪ ਉਹਨਾਂ ਸਤਿਪੁਰਸ਼ਾਂ ਦੀ ਰਚਾਈ ਹੋਈ ਜੋ ਬ੍ਰਹਮ ਬਾਣੀ ਗੁਰਾਂ ਦੀ ਹੈ, ਉਸ ਨਾਲ ਸੰਬੰਧਿਤ ਬਜ਼ੁਰਗਾਂ ਦੀਆਂ ਕਮਾਈਆਂ ਔਰ ਉਹਨਾਂ ਦੇ ਕੀਤੇ ਹੋਏ ਕਰਮਾਂ ਵਿੱਚ ਅਸੀਂ ਕੁਛ ਥੋੜ੍ਹਾ ਬਹੁਤਾ ਜਿਹਦੇ ਵਿੱਚ ਮੈਂ ਅੱਜ ਕੁਛ ਹੋ ਮੈਂ ਇੱਥੇ ਮੈਂ ਮਮਤਾ ਅਤੇ ਕਦੋਂ ਜਦੋਂ ਕਿ ਮਲ ਵਿਖੇ ਪਵਰਨ ਦੋਸ਼ ਇਸਦੇ ਉਦਾਲੇ ਹੋ ਜਾਂਦੇ ਹਨ, ਜਿਵੇਂ ਸੂਰਿਆ ਨਾਰਾਇਣ ਹੈ, ਚੰਦਰਮਾ ਆਦਿਕ ਹਨ, ਇਹਨਾਂ ਦੇ ਉਦਾਲੇ ਰਾਹੂ ਕੇਤੂ ਗ੍ਰਹਿ ਆ ਜਾਂਦੇ ਨੇ, ਇਹਨਾਂ ਦਾ ਜਿਹੜਾ ਸ਼ੁੱਧ ਸਰੂਪ ਹੈ, ਤੇਜ਼ ਪ੍ਰਤਾਪ ਹੈ, ਤਾਲਸ ਪੈ ਜਾਂਦੀ ਹੈ, ਉਹ ਘੱਟ ਜਾਂਦਾ, ਕੀ ਰਹਿ ਜਾਂਦਾ ਉਹਦੇ ਵਿੱਚ? ਜੋ ਕੋਈ ਪੁਰਸ਼ ਅਭਿਮਾਨ ਕਰਦਾ, ਮਾਨ ਕਰਦਾ, ਹੋ ਹੰਗਤਾ ਕਰਦਾ, ਮੈਂ ਮਮਤਾ ਕਰਦਾ ਹੈ, ਉਹਦੇ ਕੋਲ ਕੀ ਰਹਿ ਜਾਂਦਾ? ਐਂ ਖਾਲੀ ਸੱਖਣਾ। ਉਸ ਵੇਲੇ ਅਸੀਂ ਮਾਤ ਲੋਕ ਦੇ ਲੋਕ ਜਿਹੜੇ ਧਰਮ ਨੂੰ ਮੰਨਦੇ ਨੇ, ਬਾਕੀ ਜਿਹੜੇ ਤਜਰਬੇ ਸਵੈਨਸਥਾਨਾਂ ਵਾਂਗੂ ਕਰਦੇ ਨੇ, ਨਾਸਤਿਕ ਲੋਕ ਨਾ ਮੰਨਣ, ਪਰ ਧਰਮਾਤਮਾ ਭਜਨ ਬੜਾ ਕਰਦੇ ਨੇ, ਪਵਿੱਤਰ ਅਸਥਾਨਾਂ 'ਤੇ ਬੈਠਦੇ ਨੇ, ਪਰ ਅਮੀਰ ਲੋਕ ਦਾਨ ਕਰਦੇ ਨੇ, ਕਾਰਨ ਕਿ ਇਸ ਨਾਲ ਜਿਹੜਾ ਸਾਨੂੰ, ਜੇ ਸੂਰਜ ਹੀ ਨਾ ਰਹਿਣ ਨਾ ਚੜ੍ਹੇ ਹਨੇਰਾ ਪੈ ਜਾਊਗਾ, ਇਹਦੇ ਵਾਸਤੇ ਆਪਾਂ ਕੁਛ ਆਪਣਾ ਵੀ ਪਲੈ, ਉਹ ਜਿਹੜਾ ਦਿਨ ਰਾਤ ਚੱਲੇ, ਚੰਦ ਸੂਰਜ ਅਵਤਾਰ ਨੇ ਜਿਹੜੇ, ਆਪਾਂ ਉਹਨਾਂ ਵਾਸਤੇ ਹੀ ਕੁਝ ਅਰਪਣ ਕਰ ਦਿਓ। ਤੋ ਐਡੇ ਐਡੇ ਵਲੀ ਲੋਕਾਂ ਦੇ ਜਿਸ ਤਰ੍ਹਾਂ ਪ੍ਰਮਾਣ ਆਉਂਦੇ ਨੇ, ਹੁਣ ਬ੍ਰਹਮਾ ਦੀ ਸੁਣੀ ਰਹੇ ਸੀ, ਪਿਓ ਪੁੱਤਰ ਦਾ ਵਾਦ ਵਿਵਾਦ, ਜਿਸ ਤਰ੍ਹਾਂ ਹਰਨਾਕਸ਼ ਤੇ ਪ੍ਰਹਿਲਾਦ ਹੈ, ਬ੍ਰਹਮਾ ਤੇ ਵਗਦਾ ਲਬਦ ਰਿਸ਼ੀ ਦਾ ਪੈ ਗਿਆ, ਹੋ ਜਾਂਦਾ। ਹੁਣ ਇਹ ਜੇ ਬੱਚੇ ਨੇ, ਕਈ ਦਫ਼ਾ ਮਨ ਤੇ ਹੀ ਆਜੂ, ਚਲੋ ਨਹੀਂ, ਜੇ ਇੱਕ ਬਚਨੇ ਨਾ ਮੰਨੇ ਕੋਈ ਇਹਨਾਂ 'ਚੋਂ ਜਥੇ 'ਚੋਂ ਸੇਵਕਾਂ 'ਚੋਂ, ਉਹਨੂੰ ਕੀ ਕਹਾਂਗੇ? ਉਹਦਾ ਦਿਲ 'ਤੇ ਆਸਰ ਹੋਵੇਗਾ ਕਿ ਸਾਡੇ ਬਣ ਕੇ ਤੁਸੀਂ ਅੱਜ ਬਚਨ ਦੇ ਅਧਿਕਾਰੀ ਨਹੀਂ ਰਹੇ, ਆਗਿਆ ਪਾਲਣ ਨਹੀਂ ਕਰਦੇ ਤਾਂ ਸਾਡੇ ਹੀ ਨਹੀਂ ਹੋ। ਆਖਰ ਉਹਨਾਂ ਨੂੰ ਚੈਲੇਂਜ, ਇੰਨੇ ਦੁਖੀ ਹੋ ਕੇ ਕਹਾਂਗੇ ਜਾਓ ਭਾਈ, ਆਪਦਾ ਕਸ਼ਹਿਰਾ ਪਰਨਾ ਚੁੱਕੋ, ਤੁਸੀਂ ਬਚਨ ਦੇ ਅਧਿਕਾਰੀ ਨਹੀਂ, ਇੱਥੇ ਰਹਿਣ ਦੇ ਅਧਿਕਾਰੀ ਨਹੀਂ। ਅਜਾਇਬ ਅਜਾਇਬ ਤੱਕ ਵੀ ਭਗਵਾਨ ਨੇ ਕਹਿ ਦਿੱਤਾ ਸੀ, ਸੰਤ ਕੁਮਾਰ ਆਉਂਦਿਆਂ ਨੂੰ ਤੁਸੀਂ ਕੀ ਕਹੋਣੇ ਸ਼ਬਦ ਬੋਲ, ਠੀਕ ਆ ਉਹ ਖੜ੍ਹੇ ਨੇ, ਮਗਰ ਜਿਹੜੇ ਮੰਨਣ ਵਾਲੇ ਨੇ, ਜਪਜੀਤ ਸਾਹਿਬ ਮੰਨੇ ਮਾਰਗ ਠਾਕ ਨਾ ਪਾਏ, ਜਮਾਈ ਤਾਂ ਨਹੀਂ ਹੈ, ਅਰਦਾਸ ਹੋਊਗੀ ਨਾ ਕਿ ਹਾਂ ਆਉਂਦੇ ਨੇ ਕੋਈ ਮੰਨਣ ਵਾਲੇ, ਸਤਿਕਾਰਯੋਗ ਹਨ, ਉਹਨਾਂ ਨੂੰ ਰਸਤਾ ਵੀ ਹੈ, ਬਿਠਾਓ। ਮੰਨੇ ਮਾਰਗ ਠਾਕ, ਜਿਹੜੇ ਪਰਮਾਤਮਾ ਨੂੰ, ਗੁਰੂ ਨੂੰ ਹੈ ਸੰਗਤ ਵਿੱਚ, ਸਤਿਕਾਰਯੋਗ ਨੇ, ਮੰਨਣ ਵਾਲੇ ਨੇ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਹੁਣ ਰਾਸ ਕੀ ਕਹਿੰਦੀ ਹੈ, ਉਹਦੇ ਵਿੱਚ ਸਿੱਖਿਆ ਲੈਂਦੇ ਹਾਂ ਦਸ਼ਮੇਸ਼, ਜਹਾਂ ਜਹਾਂ ਖਾਲਸਾ ਜੀ ਸਾਹਿਬ, ਕਈ ਦਫ਼ਾ ਫਿਰ ਉੱਥੇ ਕੋਲ ਕਈ ਸੱਜਣ ਮੇਰੇ ਨਾਲ ਖੜ੍ਹੇ ਹੁੰਦੇ ਹੈ, ਉਹ ਦੇਖੋ ਜੀ ਬੜਾ ਤੇਜ਼ ਬੋਲਦੇ ਹੁੰਦੇ ਨੇ, ਮੇਰੇ ਹੱਥ ਬੰਨ ਲਈਦੇ ਨੇ, ਅਸੀਂ
ਰਾਤੇ ਆਏ ਆ, ਕੱਲ ਨੂੰ ਦੇਖੋ ਐਤਵਾਰ ਹੁੰਦਾ ਨਾ, ਸੁਬਹਾ ਦੇ 4 ਵਜੇ ਦੇ ਖੜੇ ਆ ਜੀ, ਉਹ ਇੱਧਰ ਦੀ ਲੰਘਾ ਲੇ, ਲੈ ਮਿੰਟ ਹੀ ਲਾਇਆ, ਅਸੀਂ ਕਿਉਂ ਖੜੇ ਰਹਿ ਗਏ? ਫਿਰ ਸੋਚੀ ਦਾ ਵੀ ਗੁਨਾਹ ਤਾਂ ਜ਼ਰੂਰ ਕੀਤਾ, ਗੁਨਾਹ ਜ਼ਰੂਰ ਹੈ। ਉਹ ਫਕੀਰ ਵਾਲੀ ਗੱਲ ਵੀ, ਵੈਦ ਮੈਂ ਹਮ ਖੁਦਾ ਸੇ ਪੁੱਛੇਂਗੇ ਕਿ ਮੈਂ ਬੇਗੁਨਾਹ ਥਾ, ਵੈਦ ਦਰਗਾਹ ਖੁਦਾ ਦੀ ਦਰਗਾਹ 'ਚ। ਪਰ ਇਹ ਉਹ ਉਹਨਾਂ ਵਿੱਚੋਂ ਨੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਅਤੇ ਰਿਆਇਤ ਵੀ ਕਰ ਦਿਓ, ਰਿਆਇਤ ਅਤੇ ਵਕੀਲਾਂ ਵੀ ਘੁੰਡੀ ਪਕੜਨੀ ਪੈਂਦੀ ਹੈ ਜੇ ਮੈਨੂੰ ਦੋਸ਼ੀ ਬਣਾਓਗੇ ਵੀ, ਨਾ ਬਈ ਇਹ ਹਮਰੇ ਪ੍ਰੈ ਹਿਰਦੇ ਹੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਅਤੇ ਰਿਆਇਤ ਵੀ ਕਰ ਦਿਓ। ਵਾਹ ਵਾਹ, ਇਹ ਸੋਚੀ ਦਾ ਰਿਆਇਤ ਕਿਸ ਨਾਲ ਹੋਵੇਗੀ ਅਤੇ ਰੱਖਿਆ ਕਿਸ ਦੀ ਹੋਵੇਗੀ? ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਤ ਸਿਉ ਪ੍ਰਗਟ ਜਾਏ, ਮੰਨੇ ਮੋਹ ਚੋਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਪਰ ਇਹ ਗੱਲ ਜਿਹੜੇ ਨਾ ਮੰਨਣ ਵਾਲੇ ਹੋਣ ਉਹਨਾਂ ਦੇ ਵਸ, ਹੁਣ ਦੋ ਪਿਓ ਪੁੱਤਰ, ਉਹ ਕਹਿੰਦੇ ਮੈਂ ਬੜਾ, ਮੈਂ ਇਤਨਾ ਜਪ ਤਪ ਕਰਕੇ ਬਖਦਾ ਲਬਦ ਰਿਸ਼ ਮੈਂ ਨਹੀਂ ਉੱਠਦਾ, ਕਹਿੰਦਾ ਬੇਸ਼ੱਕ ਆ ਗਿਆ ਪਿਤਾ ਮੇਰਾ ਆ ਗਿਆ ਹੋਵੇਗਾ, ਪਰ ਉੱਥੇ ਇਹ ਗੱਲ ਮਨ ਨਾ ਕੀਜੈ, ਸ਼ਰਨ ਪ੍ਰੀਜੈ ਕਰੈ ਸੋ ਭਲਾ ਮਨਾਈ ਹੈ, ਤੇਰਾ ਧਰਮ ਨਹੀਂ ਉੱਥੇ ਆਪਣੇ ਆਪ ਹੰਕਾਰ ਵਿੱਚ ਬੈਠੇ। ਪਿਤਾ ਨੇੜੇ ਆ ਗਿਆ, ਚੱਲਦਾ ਚੱਲਦਾ ਕੋਲ, ਐ ਪੁੱਤਰ ਐ ਬਗਦਾ ਲਵਨ ਰਿਸ਼ੀਆਂ ਵਿੱਚ ਹੈ ਭਾਵੇਂ ਤੂੰ। ਉਹਨੇ ਸਮਾਧੀ ਵੀ ਖੋਲ ਲਈ, ਦੇਖਣ ਲੱਗਿਆ, ਕਹਿੰਦਾ ਤੈਨੂੰ ਅਜੇ ਮੈਂ ਦਿਖਿਆ ਨਹੀਂ? ਬ੍ਰਹਮਾ ਬੋਲ ਰਿਹਾ, ਬ੍ਰਹਮਾ ਜੀ ਕਹਤੇ ਹੋ, ਕੌਣ ਹੈ? ਪਿਤਾ ਹੈ, ਹੋਵੇਗਾ, ਹੋਵੇਗਾ ਕਿਆ ਕਮਾਤ, ਕਿਹਨੇ ਭੁਲਾ ਦਿੱਤਾ? ਇਹ ਮਾਇਆ ਪੈ ਗਈ ਹੈ, ਜੋ ਪਿਤਾ ਦਿੱਤਾ, ਪਿਤਾ ਗੁਰੂ ਦਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਐਸੇ ਇਸ਼ਟ ਦਾ ਸਤਿਕਾਰ ਨਹੀਂ ਹੋ ਰਿਹਾ ਤਾਂ ਉੱਥੇ ਕਿਉਂ ਨਾ ਗੁੱਸਾ ਨਹੀਂ ਆਏਗਾ? ਤੂੰ ਕਾਰਨ ਸਤਿਕਾਰ ਨਹੀਂ ਕੀਤਾ, ਪਿਆਰ ਨਾਲ ਨਹੀਂ ਮਿਲਿਆ, ਉੱਠ ਕੇ ਨਹੀਂ ਖੜਾ ਹੋਇਆ, ਮੇਰਾ ਤ੍ਰਿਸ਼ਕਾਰ ਜਾਂ ਨਿਰਾਦਰ ਕੀਤਾ ਗਿਆ, ਇਹ ਤੇਰੇ ਵਾਸਤੇ ਅੱਛੀ ਗੱਲ ਨਹੀਂ। ਉਹ ਕਹਿੰਦਾ ਮੇਰੇ 'ਚ ਘਾਟਾ ਕੋਈ? ਤੇਰੇ ਨਾਲ ਤਾਂ ਮੈਂ ਬਹੁਤ ਜ਼ਿਆਦਾ ਤਾਕਤ ਵਾਲਾ ਹਾਂ। ਬਸ ਪਿਤਾ ਹੋਰ ਚੜ੍ਹ ਕੇ ਬੋਲਿਆ, ਗੁੱਸੇ ਵਿੱਚ ਬੋਲਿਆ, ਪਰ ਇੰਨਾ ਮਾਣ ਨਾ ਕਰੀ। ਪਿਆਰ ਵਿੱਚ ਜਿੱਥੇ ਅਸੀਂ ਲੋਕ ਤੁਰੇ ਜਾਂਦੇ ਹਾਂ ਨਾ, ਸਾਨੂੰ ਕਿਹੋ ਜਿਹਾ ਬਣਨਾ ਚਾਹੀਦਾ? ਭਗਤ ਕਬੀਰ ਜੀ ਦੇ ਉਹਨਾਂ ਦੋਹਰਿਆਂ 'ਚੋਂ, ਐਸਾ ਤੇਰਾ ਦਾਸ ਹੋਏ ਵਾਲੀ, ਪਰ ਉਹ ਤਾਂ ਦਾਸ ਬਣਦਾ ਨਹੀਂ, ਉਹ ਕਹਿੰਦਾ ਪਿਤਾ ਅਤੇ ਪੁੱਤਰ ਦਾ ਸੰਵਾਦ ਹੋ ਚੁੱਕਿਆ, ਹਰਨਾਕਸ਼ ਅਤੇ ਪ੍ਰਹਿਲਾਦ ਵਾਲਾ ਕੁਛ ਖੇਡ ਵਰਤ ਚੁੱਕਿਆ। ਪਰ ਇੱਥੇ ਗੱਲ ਯੋਗ ਅਤੇ ਅਯੋਗ ਹੈ। ਇਹ ਪੁੱਤਰ ਉੱਠਿਆ ਨਹੀਂ, ਬਗਦਾ ਲਬਦ ਰਿਸ਼ੀ ਉੱਠ ਕੇ ਤਾਂ ਖੜ ਗਿਆ, ਫਿਰ ਖੜ ਗਿਆ ਜ਼ਰੂਰ। ਜਦ ਗੁੱਸੇ ਪਿਤਾ ਬਹੁਤ ਹੋਇਆ, ਉਹ ਪ੍ਰਾਰਥਨਾ ਕਰਦਾ ਕਿਹਦੇ ਅੱਗੇ? ਪਰਮਾਤਮਾ ਅੱਗੇ, ਭਗਵਾਨ ਅੱਗੇ। ਮੈਂ ਤੇਰਾ ਨਾਮ ਜਪਿਆ, ਤੇਰੇ ਨਾਮ ਦੇ ਪ੍ਰਤਾਪ ਨਾਲ ਮੈਨੂੰ ਇਹ ਸ਼ਕਤੀਆਂ ਵਰਤੇ, ਸਰਾਪ ਦੇਣੇ, ਮੇਰੇ ਬਚਨ ਪੂਰੇ ਹੁੰਦੇ ਨੇ ਕਿ ਇਸ ਵਕਤ ਤੋਂ ਮੇਰੀ ਲਾਜ ਪੈਜ, ਪਿਤਾ ਵੀ ਮੈਨੂੰ ਪਰਖਣ ਆਇਆ, ਇਹਨੂੰ ਵੀ ਪਤਾ ਲੱਗ ਜਾਵੇ। ਕੁਝ ਦਿਖਾ ਤਾਂ ਸਹੀ ਕੌਤਕ ਪਰਮੇਸ਼ਰ ਨੂੰ, ਹੁਣ ਇੱਥੇ ਲਾਜ ਰੱਖਣ ਵਾਸਤੇ ਕੋਈ ਕਰਮ ਕਰਨਾ ਪਿਆ। ਇੱਕ ਪੌਣ ਚਲਾ ਦਿੱਤੀ, ਪਵਨ ਗੁਰੂ ਅਤੇ ਪੌਣ ਗੁਰੂ, ਸਲੋਕ ਵਿੱਚ ਦੋ ਗੁਰੂ, ਅੰਗਦ ਦੇਵ ਜੀ ਦਾ ਪੌਣ ਗੁਰੂ ਹੈ ਲਿਖਿਆ, ਹੋਰ ਕੇਤੀ ਛੁੱਟੀ ਨਾਲ, ਗੁਰੂ ਅੰਗਦ ਦੇਵ ਜੀ ਦਾ ਸਲੋਕ ਹੈ। ਐਸੀ ਪੌਣ ਚੱਲੀ
ਪਵਨ ਚੁਲਾਰੇ ਮਾਇਆ ਦੇ, ਕਬੀਰ ਮਾਇਆ ਡੋਲਨੀ ਪਵਨ ਚਕੋਲਨ ਹਾਰ, ਐਸਾ ਪਵਨ ਨੇ ਹੁਲਾਰਾ ਦਿੱਤਾ ਚੁੱਕ ਕਈ ਪੁੱਤਰ ਵੀ ਨਾਲ ਹੈ ਨਾਲ ਕੁਟੰਬ, ਜਨਮ ਦਿੱਤਾ ਸੀ ਇਹਦਾ ਅਰਥ ਜਨਮ ਦੇਣਾ ਕੁਟੰਬ ਦਾ ਸਾਥ, ਪਿਤਾ ਵਰਦਾਤਾ ਚੜ ਗਏ ਦੋਨੋਂ ਹੀ। ਐਸੀ ਅੰਧੇਰੀ ਆਈ ਉਤਲੀ ਪੁਰੀ ਵਿੱਚ ਔਰ ਥਾਂ ਲੈ ਗਏ, ਕਿਉਂ ਕਾਰਨ ਸੀ ਔਰ ਪੁੱਤਰ ਰੌਲਾ ਹੀ ਪੌਦਾ ਰਹਿ ਗਿਆ, ਮੇਰੇ ਵਰਗਾ ਦੁਨੀਆਂ ਦੇ ਤਖਤੇ ਤੇ ਨਹੀਂ, ਮੇਰੇ ਚਾਰ ਮੁੱਖ ਨੇ। ਲਓ ਜੀ ਉਹ ਤਾਂ ਅਗਲੇ ਖੰਡ ਵਿੱਚ ਚਲੇ ਗਏ, ਉੱਥੇ ਅੱਠ ਅੱਠ ਮੂੰਹਾਂ ਵਾਲਾ ਬ੍ਰਹਮਾ ਬੈਠਾ ਹੈ। ਕਹਿੰਦੇ ਪਿਤਾ ਇਦੋਂ ਵੀ ਬੜਾ ਹੈ, ਇਸ ਤੋਂ ਵੀ ਵੱਡਾ ਹੈ। ਅੱਗੇ ਉਹ ਬਿਨਾ ਉੱਠਿਆ, ਉਹ ਬਿਨਾ ਉੱਠਿਆ, ਗੱਲ ਕੀ ਬੱਤੀਆਂ ਤੱਕ ਕਹੋ, ਚੌਂਹਠ ਤੱਕ ਕਹੋ, ਹਜ਼ਾਰ ਤੱਕ ਚਲੇ ਗਏ, ਆਖਿਰ ਇੱਕ ਜਗ੍ਹਾ ਐਸੀ ਆ ਗਈ ਉਹਨੇ ਮਤ ਦੇਣੀ ਸੀ। ਹਜ਼ਾਰ ਮੁੱਖ ਇੱਧਰ ਵੀ ਇੱਧਰ ਵੀ, ਸਹਿਸਤਾ ਬਨੈਨ ਨਾ ਨਨੈਨ ਹੈ ਤੋ ਇੱਕ, ਸਹਿਸ ਮੂਰਤ ਨਾ ਨਾ ਏਕ ਤੋ ਹੀ। ਬੈਰਾਟ ਰੂਪ ਹੀ ਭਗਵਾਨ ਨੇ ਆਪਦਾ ਐਸਾ ਧਾਰਨ ਕੀਤਾ ਸੀ, ਉੱਥੇ ਸਾਰੇ ਬ੍ਰਹਮੇ ਔਰ ਖੁਦ ਬਗਦਾ ਲਬ ਰਿਸ਼ੀ ਜਦੋਂ ਜਾ ਕੇ ਇਕੱਠ ਹੋ ਗਿਆ ਇਹਨਾਂ ਦਾ ਭਾਰੀ, ਬਾਕੀ ਸਾਰੇ ਹੰਕਾਰ ਕਰਦੇ ਰਹੇ, ਬ੍ਰਹਮੇ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ। ਅੱਜ ਉਹ ਐਸੀ ਜਗ੍ਹਾ ਚਲੇ ਗਏ ਉਸ ਬ੍ਰਹਮਾ ਨੇ ਉੱਠ ਕੇ, ਕਿਉਂਕਿ ਜਿਹੜੇ ਵੱਡੇ ਹੁੰਦੇ ਨੇ ਉਹਨਾਂ ਵਿੱਚ ਇਹੀ ਗੁਣ ਹੈ, ਉਹਨਾਂ ਨੇ ਮਾਣ ਤੋੜ ਦਿੱਤਾ ਸਾਰੇ ਬ੍ਰਹਮਾ ਦਾ। ਕੀ ਸੀ ਫਲ ਤਾਂ ਨੀ ਮਿਆ ਰੁੱਖਾਂ ਨੂੰ ਨੇ ਲੱਗਦੇ,
ਤਾਂ ਨੀਵਿਆਂ ਰੁੱਖਾਂ ਨੂੰ ਲੱਗਦੇ, ਛਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿਮਲਾ ਤੂਮਾਨ ਨਾ ਕਰੀ ਪਿਆਰੇ ਜੀ, ਸਿਮਲਾ ਤੂਮਾਨ ਨਾ ਕਰੀ, ਛਲ ਨੀਵਿਆਂ ਰੁੱਖਾਂ ਨੂੰ ਸਰਾਏ ਰਾਸ ਇੱਥੇ ਮਾਨ ਕੀ ਜਿੰਨਾ ਵੀ ਕੋਈ ਜਿਹਦੇ 'ਚ ਮਾਲਕ ਨੇ ਗੁਣ ਭਰੇ ਨੇ, ਜਿਵੇਂ ਮਿੱਠਤ ਨੀਵੀ ਨਾਨਕਾ 'ਤੇ ਆ ਜਾਣਾ ਇਸ ਸਲੋਕ ਨੇ, ਗੁਣ ਚੰਗਿਆਈਆਂ ਤੱਤ ਮਿੱਠਤ ਬੇਰੀ ਹੈ, ਬੇਰੀ ਨੂੰ ਜਦੋਂ ਫਲ ਲੱਗਦਾ ਕੋਈ ਵੀ ਬਿਰਸ਼ ਹੈ ਉਹ ਕਿਤਨਾ ਧਰਤੀ ਦੇ ਨੇੜੇ ਨੂੰ ਆਉਂਦਾ, ਜਿੰਨੇ ਗੁਣ ਮਿਲ ਜਾਣ ਜਿੰਨਾ ਗੁਣਵਾਨ ਪੁਰਸ਼ ਹੋ ਜਾਵੇ ਉਹਦੇ 'ਚ ਨਿਮਰਤਾ ਅਤੇ ਇਹਦੇ 'ਚ ਗਰੀਬੀ ਹੈ, ਉਹ ਕਿਤਨਾ ਪਿਆਰ ਵਿੱਚ ਨੀਵਾਂ ਹੋਣ ਵਾਲਾ ਮਨ, ਪਰ ਉੱਥੇ ਉਸ ਬ੍ਰਹਮਾ ਨੇ ਸਭ ਤੋਂ ਵੱਡਾ ਉਹ, ਪਰ ਇੱਥੇ ਤਾਂ ਜੇ 100 ਦੀ 1000 ਦੀ ਗੱਲ ਮੈਂ ਛੱਡਦੇ ਹਾਂ, ਕਰੋੜ 'ਤੇ ਵੀ ਗੁਰਬਾਣੀ ਕਹੇ ਕੋਟ ਬ੍ਰਹਮੇ ਜਗ ਸਾਜਣ ਲਾਏ, 100 ਦੀ ਗੱਲ ਤਾਂ 64 ਮੁੱਖਾਂ ਵਾਲਾ ਕਿਤੇ 1000 ਵਾਲਾ ਵੀ ਕਹਿ ਦਿੱਤਾ, ਜੇ ਕਰੋੜਾਂ ਤੱਕ ਦੀ ਵੀ ਗਿਣਤੀ ਕਰੀਏ ਤਾਂ ਵੀ ਥੋੜ੍ਹੀ ਹੈ, ਇੰਨੇ ਬ੍ਰਹਮੇ ਨੇ, ਇੰਨੇ ਬ੍ਰਹਮੇ, ਇੰਨੀ ਸ੍ਰਿਸ਼ਟੀ, ਸਾਡੇ ਯਾਦ ਕੁਛ ਨਹੀਂ, ਕਿਤਨੇ ਕੁ ਹੋ ਗੁਜ਼ਰੇ ਨੇ, ਕਿਉਂ ਜਿਨਕੇ ਰਥ ਨੇਮ ਦਰਾਰਨ ਸੇ ਸਤ ਸਾਗਰ ਹੈ ਅਬਲੋ ਜਗ ਮਾਹੀ, ਉਹ ਰਾਜੇ ਮਹਾਰਾਜੇ ਮਾਨ ਤਾਤਾ ਵੀ ਦਲੀਪ ਜੈਸੇ, ਰਘੂ ਜੈਸੇ, ਪੁਰੂ ਜੈਸੇ, ਪੁਰੂਰਵ, ਜਦੋਂ ਜੇ ਮਾਨ ਤਾਤਾ ਰਾਜਾ ਰਥ 'ਤੇ ਸਵਾਰ ਹੋਇਆ, ਜਿੱਧਰ ਰਥ ਲੈ ਚੱਲਿਆ ਉਸ ਦੇ ਰਥ ਦੇ ਪਹੀਆਂ ਦੀਆਂ ਲੀਹਾਂ ਦੇ ਅੱਜ 7 ਸਮੁੰਦਰ ਬਣੇ ਖੜੇ ਨੇ, ਪਰ ਉੱਥੋਂ ਕੀ ਕੁਝ ਮਿਲਿਆ ਵੀ ਇਹ ਕਥਾ ਵੀ ਆ ਜਾਣੀ ਹੈ, ਜਿਨ ਚੰਪਨ ਕੋਸ਼ਨ ਕੇ ਬਲ 'ਤੇ, ਕੋਈ ਕੁਛ ਲਿਖਦਾ ਕੋਈ ਕੁਝ ਲਿਖਦਾ, ਲਿਖਾਰੀ ਲੋਕ ਧਰਤੀ ਤੋਂ ਬਾਅਦ ਪਹਾੜ, ਕਿ ਜਦੋਂ ਰਾਜੇ ਮਹਾਰਾਜੇ ਅੱਜ ਘੱਟ ਹੈ ਉਹ ਵਸਤੂ ਗੋਪੀਏ ਚਲਾਉਂਦੇ ਸੀ, ਯੁੱਧ ਵਿੱਚ ਲੜਦੇ ਸੀ, ਉਹਨਾਂ ਗੋਪੀਆਂ ਸਭ ਆਨ ਬਟੋਰ ਧਰੇ ਧਰਮਾਹੀ, ਜਿਨ ਚਾਂਪਨ ਗੋਸ਼ਣ ਕੇ ਬਲ 'ਤੇ, ਗੋਪੀਏ ਚਲਾਉਂਦਿਆਂ ਚਲਾਉਂਦਿਆਂ ਦੇ ਆਹ ਸਾਰੇ ਪਹਾੜ ਇਕੱਠੇ ਕੀਤੇ ਪਏ ਨੇ, ਉਹਨਾਂ ਦੇ ਗੋਪੀਏ ਚਲਾਏ ਹੋਏ ਨੇ, ਕੋਈ ਕਹਿੰਦਾ ਉੱਡਦੇ ਨੇ ਚੱਲਦੇ ਨੇ, ਰੋ ਵਿਚਾਰ ਆਪੇ ਹੀ ਚੱਲਦੇ ਸੀ, ਜਦੋਂ ਉਹਨਾਂ ਨੇ ਚਲਾ ਕੇ ਮਾਰਨੇ ਨੇ ਆਪੇ ਹੀ ਚੱਲਦੇ ਸੀ, ਉਹ ਤਾਂ ਉੱਡਦੇ ਵੀ ਸੀ, ਸ਼ਰਾਪ ਦਿੱਤਾ ਇਹ ਵੀ ਪੁਰਾਣਕ ਕਥਾ ਹੈ, ਉੱਡਦੇ ਵੀ ਸੀ ਪਹਾੜ, ਉਹਨਾਂ ਦੇ ਖੰਭ ਕਿਸਨੇ ਤੋੜੇ, ਇੱਕ ਥਾਂ ਕਿਸਨੇ ਟਿਕਾ ਦਿੱਤਾ,
ਸੁਰਰਾਜ ਡਰੈ ਜਿਨ ਕੇ ਬਲਤੀ। ਇੱਥੋਂ ਬੈਠੇ ਖੜੇ ਸੂਰਮੇ ਸ਼ਾਸਤਰ ਧਾਰੀ ਸਨਦ ਵੱਧ ਹੋ ਕੇ ਮੇਘਨਾਥ ਜੈਸੇ ਕਹਿ ਦਿਓ, ਰਾਮ ਜੀ, ਭਗਵਾਨ ਜੀ, ਸ਼ਾਮ ਜੀ। ਪਤਾ ਜਦੋਂ ਐਂ ਚਿਲਾ ਚਾੜ ਲੈਣਾ, ਐਂ ਕੰਨ ਤੱਕ ਖਿੱਚ ਲਿਆਉਣਾ ਕਿ ਹੁਣ ਛੱਡਾਂ ਕਿੱਧਰ ਨੂੰ। ਸੁਰਗ ਵਿੱਚ ਬੈਠਾ ਇੰਦਰ ਵੀ ਕਹਿੰਦਾ ਸੀ, ਬਾਬਾ ਹੱਥ ਬੰਨੇ, ਦੇਖੀ ਕਿਤੇ ਇੱਧਰ ਨੂੰ ਨਾ ਚਲਾ ਦੀ। ਸੁਰਰਾਜ ਡਰੈ ਜਿਨ ਕੇ ਬਲਤੇ, ਯਮਰਾਜ ਜਿਤੇ ਜਿਹੇ ਨੇ ਜਗ ਮਾਹੀ। ਸਤਵੰਤੀ ਪਤੀ ਵਰਤਾ, ਆਪਦੇ ਪਤੀ ਮਰੇ ਦੇ ਮਗਰੇ ਧਰਮਰਾਜ ਤੱਕ ਉਹਨੂੰ ਵਾਪਸ ਜਿੰਦਾ ਕਰਾ ਕੇ ਮੋੜ ਲਿਆਈ। ਮਨ ਤੇ ਜਗ ਪੀਤਰ ਨਾਹੇ ਰਹੇ, ਐ ਮਨਾ ਐ ਜਗ ਚ ਨਹੀਂ ਰਹੇ। ਅਬ ਕੌਣ ਰਹੇ ਕਹੋ ਕੋ ਜਗ ਮਾਹੀ। ਕੋਈ ਕਹੂੰਗਾ ਕਿ ਮੈਂ ਇੱਥੇ ਹੀ ਰਹੂੰਗਾ, ਕੋਈ ਦਾਵਾ ਬੰਦਾ ਹੈ ਨਹੀਂ। ਕੌਣ ਕੋ ਭੂਮ ਗੁਮਾਨ ਹੈ ਭੂਪਤ, ਕਿਸੇ ਕੀ ਹੋਏ ਨਾ ਕਿਸੇ ਕੀ ਹੋਏ। ਤੂੰ ਕਹਿੰਦਾ ਇੰਨਾ ਆ ਧਰਤੀ ਮੇਰੀ ਹੋਈ ਪਈ ਹੈ, ਆ ਰਾਜ ਪਾਤ ਨੌ ਖੰਡ ਪ੍ਰਿਥਵੀ ਕਿਉਂ ਨਹੀਂ, ਬ੍ਰਹਮਪੁਰੀ ਬਿਸ਼ਨਪੁਰੀ ਸ਼ਿਵ ਆਦਿਕ ਵੀ ਕਿਉਂ ਨਹੀਂ। ਖੁੱਲ੍ਹੇ ਉੱਚੇ ਵਿਚਾਰੇ ਦੇ ਉਡਾਰੀਆਂ ਵਾਲੇ ਨੇ, ਪਰ ਇਹਨਾਂ ਦਾ ਵੀ ਅੰਤ ਹੈ ਕੋਈ ਕੁਛ ਨਹੀਂ। ਇਹਨਾਂ ਨੂੰ ਛੱਡ ਛਾੜ ਛੱਡ ਸਗਲੀ ਮੂਈ, ਮੂੜ ਤਹਾਂ ਲਪਟਾਏ। ਐ ਮੂਰਖਾ ਤੂੰ ਲਪਟ ਲਪਟ ਕਹਿਣਾ ਇਹ ਮੇਰੀ ਹੈ, ਇਹ ਮੇਰੀ ਹੈ, ਦੇਖੀ ਕਿਤੇ ਉਹ ਐ ਵਸਤੂ ਤੋਂ ਰਹਿਤ ਹੋ ਕੇ ਮੇਰੀ ਮੇਰੀ ਨਾ ਕਰੀ। ਵੇ ਮਨਾ ਮੂਰਖਾ ਇੱਥੇ ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਮਨਾ ਮੂਰਖਾ, ਸੋ ਪ੍ਰਭ ਲੋੜ ਸਰਪ ਉੱਠ ਜਾਸੀ, ਚੱਲਣਾ ਛੱਡ ਜਾਸੀ ਲੱਕ। ਉਸ ਬ੍ਰਹਮਾ ਨੇ ਉੱਠ ਕੇ ਸਾਰਿਆਂ ਨੂੰ ਨਮਸਕਾਰ ਕੀਤੀ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਉਹਨੇ ਉੱਠ ਕੇ ਬਾਕੀ ਛੋਟ ਆਪਣੇ ਆਪ ਨੂੰ ਕੋਈ ਕਹਿੰਦਾ ਮੈਂ ਬੜਾ, ਉਹ ਤਰਤੀਬ ਨਾਲ ਇੱਕ ਦੋ ਤਿੰਨ ਪੰਜ ਕਰਕੇ ਸਭ ਨੂੰ ਹੀ ਨਮਸਕਾਰ ਕੀਤਾ। ਔਰ ਬਗਦਾ ਲਬਦ ਰਿਸ਼ੀ ਨੂੰ ਵੀ, ਆਓ ਮੇਰੇ ਆਸ਼ਰਮ ਤੇ ਆਇਓ, ਮੇਰੇ ਆਸਣ ਤੇ ਥਾਂ ਥਾਂ ਬਿਠਾਏ। ਆਪ ਸਾਰਿਆਂ ਦੇ ਚਰਨ ਚਾੜਨ ਵਿੱਚ ਬੈਠ ਗਿਆ।
ਸਭ ਦੇ ਮਾਨ ਟੁੱਟ ਗਏ, ਹੰਕਾਰ ਟੁੱਟ ਗਏ। ਸਾਰਿਆਂ 'ਚੋਂ ਸਾਡੇ ਨਾਲੋਂ ਵੱਡਾ ਹੋਵੇ, ਇਹ ਸਭ ਕੁਝ ਸਾਨੂੰ ਇਹ ਭੇਟਾ ਕਰਕੇ ਅਰਪਣ ਕਰਕੇ ਆਪ ਚਰਨਾਂ ਵਿੱਚ ਹੱਥ ਜੋੜ ਕੇ ਨਿਮਰਤਾ ਨਾਲ ਔਰ ਗਰੀਬ ਨੀਵੀ ਕਰਕੇ ਇਹ ਝੁੱਕ ਗਿਆ। ਕਹਿੰਦੇ ਬਸ ਹੁਣ ਜਿਹੜੀ ਵਸਤੂ ਨੂੰ ਅਸੀਂ ਆਏ ਸੀ ਸਾਡੀ ਹੱਲ ਹੋ ਗਈ, ਹੁਣ ਬਖਸ਼ੇ ਲਓ। ਬਖਸ਼ਣ ਵਾਲਾ ਉਹੀ ਆ ਗਏ, ਅੰਤ ਨਾ ਪਾਇਓ ਤਾਂ ਕਰ, ਅਜੇ ਅੰਤ ਨਹੀਂ ਆਇਆ। ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਨ ਸ੍ਰਿਸ਼ਟ ਗਿਆ, ਆ ਗਏ ਅੰਤ ਨਾ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਭਇਆ। ਪਰ ਇੱਥੇ ਤਾਂ ਅਰਦਾਸ ਬਣ ਆਉਂਦੀ, ਹਮ ਮੈਲੇ ਉਜਲ ਕਰ ਦੇਵੋ, ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ, ਧਨ ਪਿਆਰੇ ਧਨ ਹੈ ਧਨ ਸਾਹਿਬ ਜੀ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਸ਼੍ਰੀ ਹਰ ਰਾਇ ਸਾਹਿਬ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ, ਸਿੰਘ ਸਾਹਿਬ ਧੰਨ ਗਏ, ਧੰਨ ਗਏ ਧੰਨ ਗਏ ਧੰਨ ਗਏ ਗੁਰੂ ਗ੍ਰੰਥ ਸਾਹਿਬ ਜੀ ਧੰਨ।
ਧਨ ਧਨ ਹੈ ਪੰਥ ਖਾਲਸਾ ਧਨ ਗਏ ਹਾਂ ਧਨ ਗਏ ਧਨ ਧਨ ਹੈ ਸਾਧ ਸੰਗਤ ਸਹਿ ਧਨ ਗਏ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਰਜਦੇ ਨਾ ਡੋ ਵਾਹਿਗੁਰੂ ਵਰਜਦੇ ਨਾ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਜਾਣਿਆ ਦਰਗਾਹ ਜੀ ਪਾਵੇ ਮਾਣ ਜਾਣਿਆ ਤੂੰ ਤਾਂ ਦਰਗਾਹ ਜੀ ਪਾਵੇ ਮਾਣ